ਲਓ ਜੀ, ਅਸੀਂ ਇੱਕ ਵਾਰ ਫੇਰ ਪੁੱਛ ਚੁੱਕੇ ਹਾਂ ਦਿੱਲੀ ਬਾਰਡਰ ਤੇ, ਜਿੱਥੇ ਅਸੀਂ ਆ ਦੇਖ ਰਹੇ ਹਾਂ ਕਿ ਕਿੰਨਾ ਹੀ ਜ਼ਿਆਦਾ ਜਾਮ ਅਜੇ ਤੱਕ ਜਾਰੀ ਹੈ। ਕਿਸਾਨਾਂ ਦਾ ਧਰਨਾ, ਰੋਸ ਪ੍ਰਦਰਸ਼ਨ ਸਟਿਲ ਅਜੇ ਤੱਕ ਕੰਟੀਨਿਊ ਹੈ ਤੇ ਸਰਕਾਰ ਨੇ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਦਿੱਤਾ, ਨਾ ਹੀ ਕੋਈ ਡਿਸੀਜਨ ਦਿੱਤਾ ਕਿ ਕਦੋਂ ਉਹ ਕਿਸਾਨਾਂ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨਗੇ। ਅਸੀਂ ਇੱਥੇ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਰਿਵਰ ਸਾਈਡ ਕੈਲੀਫੋਰਨੀਆ ਵਾਲੇ ਨੇ ਜੋ ਕਿ ਇੱਥੇ ਲੰਗਰ ਲਗਾਇਆ ਹੋਇਆ ਹੈ। ਇਸ ਰੋਸ ਪ੍ਰਦਰਸ਼ਨ ਦਾ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਰਿਵਰ ਸਾਈਡ ਕੈਲੀਫੋਰਨੀਆ 'ਚ USA ਦੇ ਵਾਲੇ ਲੋਕਾਂ ਨੇ ਵੀ ਇੱਥੇ ਵੱਧ ਚੜ੍ਹ ਕੇ ਹਿੱਸਾ ਲਿਆ। ਆਓ ਅਸੀਂ ਗੱਲਬਾਤ ਕਰਦੇ ਹਾਂ ਇੱਥੇ ਬੈਠੇ ਕਿਸਾਨਾਂ ਦੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਸਰ ਤੁਹਾਡਾ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ, ਕਿੱਥੋਂ ਆਏ ਤੁਸੀਂ? ਪਰ ਜਲੰਧਰ ਤੋਂ ਜੀ। ਜਲੰਧਰ ਤੋਂ ਆਏ ਹੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਸਰ ਤੁਹਾਡਾ? ਗੁਰਵਿੰਦਰ ਸਿੰਘ ਪੰਨੂ, ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ ਆਏ ਹੋ ਸਰ, ਇਹ ਰੋਸ ਪ੍ਰਦਰਸ਼ਨ ਨੂੰ ਕਿੰਨੇ ਹੀ ਦਿਨ ਲਗਾਤਾਰ ਇੱਥੇ ਹੋ ਗਿਆ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਨੂੰ? ਸਾਨੂੰ 15 ਦਿਨ ਹੋ ਗਏ ਜਿੱਥੇ। 15 ਦਿਨ ਹੋ ਗਏ ਲਗਾਤਾਰ, ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਹੋਰ ਕਿੰਨੇ ਦਿਨ ਲੱਗ ਸਕਦੇ ਨੇ ਇੱਥੇ? ਦੇਖੋ, ਜਿੰਨਾ ਚਿਰ ਵੀ ਲੱਗੇਗਾ ਉਹਨਾਂ ਚਿਰ ਤੱਕ ਅਸੀਂ ਇੱਥੋਂ ਦਿੱਲੀਓਂ ਜਾਣਾ ਨਹੀਂ, ਜਿੰਨਾ ਚਿਰ ਤੱਕ ਕਾਨੂੰਨ ਵਾਪਸ ਨਹੀਂ ਕਰਦੇ। ਜੇਕਰ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਵਾਪਸ ਨਹੀਂ ਹੋਏਗਾ ਬਟ ਇਸ ਦੇ ਵਿੱਚ ਸ਼ੋਧ ਕੀਤਾ ਜਾਏਗਾ, ਤੇ ਉਸ ਦੇ ਲਈ ਸਹਿਮਤ ਹੋ ਤੁਸੀਂ? ਫਿਰ ਸ਼ੋਧ ਮੰਨਦੇ ਹੀ ਨਹੀਂ, ਅਸੀਂ ਸਿਰਫ ਕਾਨੂੰਨ ਵਾਪਸ ਕਰਾਉਣਾ ਚਾਹੁੰਦੇ ਆ। ਜੇ ਸ਼ੋਧ ਕਰਨੀ ਹੁੰਦੀ ਤਾਂ ਬੜੇ ਦਿਨ ਦਾ ਪਹਿਲਾਂ ਅਸੀਂ ਕਰਵਾ ਦੇਣੀ, ਪਰ ਸ਼ੋਧ ਸਾਡੇ ਨਾਲ ਸ਼ੋਧ ਨਾਲ ਸਰਦਾ ਨਹੀਂ। ਸਾਨੂੰ ਕਾਨੂੰਨ ਵਾਪਸ ਚਾਹੀਦੇ ਆ, ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਪੂੰਜੀਪਤੀਆਂ ਵਾਸਤੇ ਬਣਾਏ ਆ। ਜੀ ਬਿਲਕੁਲ, ਜੇਕਰ ਇਸੇ ਅੜੀ ਤੇ ਰਵਾਂਗੇ ਤੇ ਹੋ ਸਕਦਾ ਹੈ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਕਾਫੀ ਟਾਈਮ ਤੱਕ ਜਾਰੀ ਰਹੇਗਾ। ਸੋ ਆਓ ਅਸੀਂ ਗੱਲਬਾਤ ਕਰਦੇ ਹਾਂ ਅੱਗੇ ਕਿਸਾਨਾਂ ਦੇ ਨਾਲ ਜਿਹੜੇ ਇੱਥੇ ਬੈਠੇ ਨੇ ਤੇ ਕੁਛ ਸੇਵਾ ਕਰ ਰਹੇ ਨੇ ਜਿਨ੍ਹਾਂ ਨੇ ਲੰਗਰ ਵੀ ਲਗਾਏ ਹੋਏ ਨੇ ਇੱਥੇ ਬੈਠਿਆਂ ਨੇ। ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਲੋਕਾਂ ਦਾ ਜਿਹੜਾ ਪ੍ਰਦਰਸ਼ਨ ਹੈ ਲਗਾਤਾਰ ਹੀ ਚੱਲ ਰਿਹਾ, ਕੋਈ ਵੀ ਇੱਥੇ ਝੁਕਣ ਲਈ ਵੀ ਤਿਆਰ ਨਹੀਂ ਹੈ, ਨਾ ਕੋਈ ਕਿਸੇ ਗੱਲ ਨੂੰ ਮੰਨ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ ਸਰ ਤੁਸੀਂ? ਮੈਂ ਤਾਂ ਇੱਥੇ ਲੋਕਲ ਹੀ ਦਾ ਹੀ ਹੈਗਾ, ਬਾਕੀ ਇਹ ਹੈ ਕਿ ਆਪਣਾ ਇਹਨਾਂ ਤੇ ਪੁੱਛ ਕਿੱਧਰੋਂ ਆਇਆ, ਇਹਨਾਂ ਤੇ ਨਹੀਂ, ਬਾਕੀ ਮੈਂ ਲੋਕਲ ਹੀ ਹੈਗਾ, ਸੇਵਾ ਕਰ ਰਿਹਾ। ਪ੍ਰਬੰਧਕ ਮੇਨ ਆਪਣਾ ਕੋਈ ਪ੍ਰਬੰਧਕ ਹੈ ਜਿਹਨਾਂ ਗੁਰਦੁਆਰਾ ਸਾਹਿਬ ਰਿਵਰ ਸਾਈਡ ਕੈਲੀਫੋਰਨੀਆ US ਵਾਲੇ ਨੇ? ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਭਵਿੰਦਰ ਸਿੰਘ ਆ ਜੀ। ਭਵਿੰਦਰ ਸਿੰਘ, ਓਕੇ, ਤੁਹਾਡਾ ਇੱਥੇ ਮਤਲਬ ਕਿ ਤੁਸੀਂ ਗੁਰਦੁਆਰਾ ਸਾਹਿਬ ਰਿਵਰ ਸਾਈਡ ਕੈਲੀਫੋਰਨੀਆ US? ਹਾਂ, ਉਹਨਾਂ ਨੇ ਸਾਨੂੰ ਕਿਹਾ ਧਰਨਾ ਭਵਾਂ ਜਿੰਨਾ ਟਾਈਮ ਮਰਜ਼ੀ ਚੱਲੇ, ਹਫ਼ਤਾ ਚੱਲੇ, ਦੋ ਹਫ਼ਤੇ, ਮਹੀਨਾ, 6 ਮਹੀਨੇ, ਸਾਡੇ ਵੱਲੋਂ ਪੂਰੀ ਲੰਗਰ ਦੀ ਸੇਵਾ ਹੋਊਗੀ, ਲੰਗਰ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਊਗੀ। ਅਸੀਂ ਸੰਘਰਸ਼ ਜਿਹੜਾ ਹੈਗਾ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸਫਲ ਬਣਾਉਣਾ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਇੱਥੇ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਜੇ ਸਾਡੀਆਂ ਨਹੀਂ ਪੂਰੀਆਂ ਕਰਦੇ, ਆਹ ਇਹ ਬਹੁਤ ਇਕੱਠ ਜਾਰਾ ਪੰਜਾਬ ਤੋਂ, ਹਰਿਆਣਾ ਤੋਂ, ਬਾਕੀ ਸਟੇਟਾਂ ਤੋਂ ਵੀ ਆ ਰਿਹਾ। ਹੁਣ ਇਕੱਲਾ ਪੰਜਾਬ ਦਾ ਜਾਂ ਹਰਿਆਣੇ ਦਾ ਧਰਨਾ ਇੰਡੀਆ ਇੰਡੀਆ ਦਾ ਆਹ ਪੂਰੇ ਵਰਲਡ ਵਿੱਚ ਫੇਮਸ ਹੋ ਗਿਆ ਆ, ਬਾਹਰ ਵੀ ਰੈਲੀਆਂ ਹੋ ਰਹੀਆਂ। ਅਸੀਂ ਸਰਕਾਰ ਨੂੰ ਇਹ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਜੱਟਾਂ ਦੀਆਂ ਮੰਗਾਂ ਪੂਰੀਆਂ ਮੰਨੋ, ਕਾਲੇ ਕਾਨੂੰਨ ਰੱਦ ਕਰੋ, ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਜੀ। ਸਾਰਿਆਂ ਨੂੰ, ਸਾਰੇ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ, ਸਾਰੇ ਜਾਣੇ ਸਾਨੂੰ ਲੋਕ ਵੱਧ ਤੋਂ ਵੱਧ ਸਹਿਯੋਗ ਦਿਓ ਜੀ। ਜੀ ਬਿਲਕੁਲ, ਇੱਥੋਂ ਦੇ ਮੇਨ ਆਗੂ ਕੌਣ ਨੇ ਜਿਨ੍ਹਾਂ ਨੇ ਆਪਣਾ ਰਿਵਰ ਸਾਈਡ ਕੈਲੀਫੋਰਨੀਆ US ਤੋਂ ਜਿਨ੍ਹਾਂ ਨੇ ਤੁਹਾਨੂੰ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਤੁਸੀਂ ਜਾਰੀ ਰੱਖੋ, ਜਿੰਨਾ ਵੀ ਮਤਲਬ ਕਿ ਜੋ ਵੀ ਜਿੰਨਾ ਟਾਈਮ ਲੱਗੇਗਾ ਖਰਚਾ ਹੋਏਗਾ ਉਹ ਪੇ ਕਰਨ ਲਈ ਤਿਆਰ ਹੈ, ਉਹਨਾਂ ਦਾ ਕੀ ਨਾਂ ਹੈ? ਹਾਂਜੀ, USA ਬਲਵਿੰਦਰ ਸਿੰਘ ਵੱਲੋਂ ਆ, ਉਹਨਾਂ ਦਾ ਸਾਡੇ ਮਾਮਾ ਜੀ ਲੱਗਦੇ ਆ, ਉਹਨਾਂ ਵੱਲੋਂ ਸਾਰੀ ਲੰਗਰ ਦੀ ਸੇਵਾ ਚੱਲਦੀ ਆ। ਉਹ ਕਹਿੰਦੇ ਜਿੰਨਾ ਟਾਈਮ ਵੀ ਤੁਹਾਨੂੰ ਸਿਖਾ ਦੀ ਲੋੜ ਆ 24 ਘੰਟੇ 'ਤੇ ਲੰਗਰ ਚੱਲਦਾ, ਕੋਈ ਲੰਗਰ ਵਿੱਚ ਕਮੀ ਨਹੀਂ, ਪੂਰਾ ਸਿਸਟਮ ਆ, ਸਾਰੇ ਹਲਵਾਈਆਂ ਦਾ ਪ੍ਰਬੰਧ ਕੀਤਾ ਆ,
ਫੁਲਕੇ ਵਾਲੇ ਵੱਖਰੇ, ਤੰਦੂਰ ਵਾਲੇ ਵੀ ਚੱਲਦੇ ਆ, ਬੀਬੀਆਂ ਫੁਲਕਾ ਵੀ ਪਕਾਉਂਦੀਆਂ ਆ, ਹਲਵਾਈ 12 ਲੱਗੇ ਵੱਖਰੇ ਲੱਗੇ ਆ, ਸਵੇਰ ਨੂੰ ਚਾਹ ਪਕੌੜਾ ਚੱਲਦਾ ਆ, ਬਾਅਦ 'ਚ ਸਾਰਾ ਦਿਨ ਲੰਗਰ ਚੱਲਦਾ ਆ ਪੂਰਾ। ਜਿਹੜੇ ਬਲਵਿੰਦਰ ਸਿੰਘ ਨੇ ਉਹ ਕੈਲੀਫੋਰਨੀਆ ਤੋਂ ਨੇ? ਕੈਲੀਫੋਰਨੀਆ ਤੋਂ ਰਹਿੰਦੇ ਉੱਥੇ। ਜੀ ਬਿਲਕੁਲ, ਅਸੀਂ ਦੇਖ ਸਕਦੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਿਹੜਾ ਰੋਸ ਪ੍ਰਦਰਸ਼ਨ ਹੈ ਉਸਦੇ ਲਈ ਆ 2 ਟਰੱਕ ਰਾਸ਼ਨ ਦੇ ਖੜੇ ਆ, 1 ਟਰੱਕ ਆ ਜਾ ਰਿਹਾ ਪੰਜਾਬ ਤੋਂ, 2 ਟਰੱਕ ਆ ਸੌਣ ਵਾਸਤੇ ਆ, 4 ਟਰੱਕ ਖੜੇ ਆ, 2 'ਚ ਰਾਸ਼ਨ ਪਿਆ ਆ, ਇਹਨਾਂ 'ਚ ਲਿਕੁਇਡ ਸਮਾਨ ਪੀਣ ਲਈ ਹੈਗਾ ਉਹ ਆ, ਇੱਧਰ ਰਾਸ਼ਨ ਸਾਰਾ ਪਿਆ ਆ, ਅਤੇ 1 ਟਰੱਕ ਅੱਜ ਸਾਡਾ ਪੰਜਾਬ ਤੋਂ ਵੀ ਆ ਰਿਹਾ ਲੰਗਰ ਲਈ ਹੋਰ। ਜੀ ਬਿਲਕੁਲ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਚਾਹੁੰਦੇ ਬੇਨਤੀ ਕਰਨਾ ਉਹਨੇ ਵੱਧ ਤੋਂ ਵੱਧ ਆਓ ਜੀ, ਇੱਥੇ ਲੰਗਰ ਬਹੁਤ ਵਧੀਆ ਸਾਰੇ ਪ੍ਰਬੰਧ ਚੱਲ ਰਹੇ ਆ, ਮਹਾਰਾਜ ਕਿਰਪਾ ਪੂਰੀ, ਮੋਦੀ ਕਹਿੰਦੇ ਮੰਨਣਾ ਨਹੀਂ ਉਹਨੂੰ ਮੰਨਣਾ ਹੀ ਪੈਣਾ, ਬਹੁਤ ਟਰਾਲੀਆਂ ਆ ਰਹੀਆਂ ਵਾ ਆਪਣੇ ਪੰਜਾਬ ਤੋਂ, ਸੰਘਰਸ਼ ਪੂਰਾ ਜ਼ੋਰਾਂ 'ਤੇ ਚੱਲ ਰਿਹਾ, ਜਦੋਂ ਤੁਸੀਂ ਦੇਖ ਰਹੇ ਹੋ ਸਾਰਾ ਪ੍ਰਬੰਧ ਕੀਤਾ ਹੋਇਆ, ਕਿਸੇ ਚੀਜ਼ ਦੀ ਕਮੀ ਨਹੀਂ ਜੀ, ਇਹ 6 ਮਹੀਨੇ ਚੱਲੇ, 2 ਮਹੀਨੇ ਚੱਲੇ, ਸਾਲ ਚੱਲੇ, ਭਾਜੀ ਹੁਣੀ ਬਾਹਰੋਂ ਇੰਨੀ ਸਪੋਰਟ ਕਰ ਰਹੇ ਆ, ਇੱਧਰਲੇ ਕਰ ਰਹੇ ਆ, ਡਟੇ ਹੋਏ ਆ, ਬਸ ਇੱਕ ਬੇਨਤੀ ਆ ਵੀ ਆਪਣੇ ਪਿੰਡ ਨੌਜਵਾਨ ਪੰਜਾਬ ਦੇ ਵਿੱਚ ਲੋਕ ਆ ਵੀ ਵੱਧ ਤੋਂ ਵੱਧ ਆਓ, ਸਾਨੂੰ ਲੋੜ ਆ, ਜਿੰਨਾ ਇੱਥੇ ਆਪਾਂ ਵੱਧ ਇਕੱਠੇ ਹੋਵਾਂਗੇ ਉਨੀ ਸਰਕਾਰ ਮੋਦੀ ਸਰਕਾਰ ਆ ਉਹਨੂੰ ਪਤਾ ਲੱਗੂ ਵੀ ਹਾਂ ਇਹਨੇ ਹੈਗੇ ਆ ਇੰਨਾ ਟਾਈਮ ਬੈਠ ਸਕਦੇ ਆ, ਅਸੀਂ ਜਿੱਤ ਕੇ ਜਾਵਾਂਗੇ, ਪੂਰਾ ਸੰਘਰਸ਼ ਹੈ ਕਬੱਡੀ ਵਾਲੇ ਮੁੰਡੇ ਆ ਆ ਸਕਦੇ, ਟਰਾਲਾ ਖੜਾ ਭਾਜੀ ਉਹਨਾਂ ਦੀ ਹੈਲਪ ਕਰ ਰਹੇ ਹਾਂ, ਰਲ ਮਿਲ ਕੇ ਪੂਰਾ ਸਾਡਾ ਪਰਿਵਾਰ ਦੀ ਤਰ੍ਹਾਂ ਮਾਹੌਲ ਬਣਿਆ ਹੋਇਆ, ਇੱਥੇ ਬਹੁਤ ਵਧੀਆ ਲੱਗ ਰਿਹਾ, 15 ਦਿਨਾਂ ਤੋਂ ਅਸੀਂ ਇੱਥੇ ਆ, ਘਰੇ ਜਾਣ ਨੂੰ ਸਾਡਾ ਜੀ ਨਹੀਂ ਕਰਦਾ, ਇੰਨਾ ਵਧੀਆ ਸੰਘਰਸ਼ ਚੱਲ ਰਿਹਾ, ਮਹਾਰਾਜ ਕਿਰਪਾ ਕਰੇ ਅਸੀਂ ਜਲਦੀ ਜਲਦੀ ਸੰਘਰਸ਼ ਜਿੱਤ ਗਏ, ਮੈਂ ਇਹੀ ਬੇਨਤੀ ਕਰਦੇ ਹਾਂ ਵੀ ਸਾਰੇ ਰਲ ਮਿਲ ਕੇ ਮੇਰੇ ਭਰਾ, ਬੇਨਤੀ ਆ ਵੀ ਆਓ ਅਤੇ ਆਪਾਂ ਸੰਘਰਸ਼ ਨੂੰ ਜਿੱਤ ਗਏ। ਜੀ ਬਿਲਕੁਲ, ਮੋਦੀ ਸਰਕਾਰ। ਹਾਂਜੀ, ਅਸੀਂ ਆ ਕੁੰਡੀ ਬਾਰਡਰ ਤੇ, ਹਲਚਲ ਟੀਵੀ ਦੇਖਣ ਤੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਅਸੀਂ ਗੱਲਬਾਤ ਕਰਦੇ ਆ ਇੱਥੇ ਬੈਠੇ ਕਿਸਾਨਾਂ ਦੇ ਨਾਲ ਜਿਹੜੇ ਲਗਾਤਾਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨੇ, ਤੇ ਅੱਗੇ ਅਸੀਂ ਅੱਜ ਦਿਨ ਤੱਕ ਇੱਥੇ ਬੀਬੀਆਂ ਔਰਤਾਂ ਦੇ ਕਾਫੀ ਇੰਟਰਵਿਊ ਲੈ ਨੇ, ਤੇ ਅੱਜ ਅਸੀਂ ਇੰਟਰਵਿਊ ਲੈ ਰਹੇ ਹਾਂ ਇਸ ਮੈਡਮ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਕੁਲਵੰਤ ਕੌਰ ਸੰਧੂ, ਐਡਵੋਕੇਟ ਕੁਲਵੰਤ ਕੌਰ ਸੰਧੂ ਫਰੋਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਓਕੇ ਜੀ, ਇੱਥੇ ਦੇਖੋ ਕਿਸਾਨ ਹੀ ਨਹੀਂ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਲਾਇਰ ਨੇ ਉਹ ਵੀ ਇੱਥੇ ਸ਼ਾਮਿਲ ਨੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ। ਸੀਨੀਅਰ ਐਗਜ਼ੀਕਟਿਵ ਮੈਂਬਰ। ਓਕੇ, ਸ਼ੀ ਇਜ਼ ਅ ਸੀਨੀਅਰ ਐਗਜ਼ੀਕਟਿਵ ਮੈਂਬਰ। ਹਾਂਜੀ ਮੈਮ, ਤੁਸੀਂ ਇਸ ਰੋਸ ਪ੍ਰਦਰਸ਼ਨ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਇਸ ਰੋਸ ਪ੍ਰਦਰਸ਼ਨ ਵਾਸਤੇ ਇਹ ਕਹਿਣਾ ਚਾਹੁੰਦੀ ਕਿ ਜਿਹੜੇ ਸਾਡੇ ਵਕੀਲਾਂ ਨੇ ਸਾਰਿਆਂ ਨੂੰ ਫਾਰਮਰਸ ਨੂੰ ਇਹ ਸਪੋਰਟ ਦਿੱਤੀ ਹੈ, ਉਹਨਾਂ ਦੀ ਅਸੀਂ ਸਪੋਰਟ 'ਚ ਇਸ ਕਰਕੇ ਖੜੇ ਹੋਏ ਹਾਂ ਕਿ ਜਿਹੜੇ ਵੀ ਇਹ ਕਾਲੇ ਕਾਨੂੰਨ ਬਣਾਏ ਗਏ ਹੈ ਔਰ ਇਹ ਜਿਹੜੇ ਵੀ ਫਾਰਮਰਸ ਇੱਥੇ ਬੈਠੇ ਹੋਏ ਹੈ, ਸਫ਼ਰ ਕਰ ਰਹੇ ਹੈ, ਇਹਨਾਂ ਨੂੰ ਸਾਡੀ ਸਰਕਾਰ ਨੂੰ ਚਾਹੀਦਾ ਕਿ ਉਹ ਜਲਦ ਤੋਂ ਜਲਦ ਵਾਪਸ ਲੈਣ, ਔਰ ਇਸ ਕਰਕੇ ਮੈਂ ਅੱਜ ਚੰਡੀਗੜ੍ਹ ਤੋਂ ਆਪਣੇ ਬੁਲਟ 'ਤੇ ਆਈ ਹਾਂ, ਅਤੇ 8:30 ਵਜੇ ਚੱਲੀ ਸੀ ਤਾਂ ਹੁਣ ਮੈਨੂੰ ਅੱਧਾ ਘੰਟਾ ਹੋਇਆ ਹੈ ਇਹਨੂੰ ਆਉਂਦਿਆਂ ਸਾਰ, ਇਹਨਾਂ ਨੇ ਸਾਰੇ ਵੀਰਾਂ ਨੇ ਇਹਨਾਂ ਨੇ ਸਾਨੂੰ ਆਹ ਮਿਸਟਰ ਸੰਧੂ ਆਪਣੇ ਆਹ ਵੀਰ ਜੀ ਸੁੱਖ ਇਹਨਾਂ ਨੇ ਸਾਨੂੰ ਆਉਂਦਿਆਂ ਸਾਰ ਲੰਗਰ ਛਕਾਇਆ, ਅਤੇ ਇੱਥੇ ਕੋਈ ਵੀ ਐਸੀ ਗੱਲ ਨਹੀਂ ਹੈ ਜਿਹੜਾ ਲੋਕ ਕਹਿ ਰਹੇ ਹੈ ਕਿ ਵੀ ਇਕੱਲੇ ਨਹੀਂ ਆ ਸਕਦੇ, ਹੈ ਨਾ, ਅਤੇ ਅਸੀਂ ਇਕੱਲੇ ਇਸ ਕਰਕੇ ਬੁਲਟ 'ਤੇ ਆਏ ਹਾਂ ਵੀ ਅਸੀਂ ਇਹਨਾਂ ਦਾ ਜੋ ਦੁੱਖ ਦਰਦ ਇੱਥੇ ਬੀਬੀਆਂ ਭੈਣਾਂ ਸਾਡੀਆਂ ਵੀਰ ਸਾਰੇ ਦਰਦ ਇੱਥੇ ਮਹਿਸੂਸ ਕਰ ਰਹੇ ਹੈ ਉਹਨੂੰ ਅਸੀਂ ਇਸ ਕਰਕੇ ਮੈਂ ਆਈ ਹਾਂ ਕਿ ਦੇਖੀਏ ਕਿੰਨੀ ਕੁ ਠੰਡ ਹੈ, ਕਿੰਨੀ ਠੰਡ 'ਚ ਨੇੜੇ ਤੋਂ ਦੇਖਣਾ ਚਾਹੁੰਦੇ ਹਾਂ, ਅਸੀਂ ਆਪਣੇ ਉੱਤੇ ਜਿਸ ਤਨ ਲੱਗੇ ਸੋਈ ਜਾਣੇ ਜਦ ਤੱਕ ਅਸੀਂ ਇਹਨਾਂ ਦੇ ਸਰਕਮਸਟਾਂਸਿਸ 'ਚ ਖੁਦ ਨੂੰ ਨਹੀਂ ਪਾਵਾਂਗੇ, ਅਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹਨੂੰ ਮਹਿਸੂਸ ਕਰ ਸਕਾਂਗੇ। ਜੀ ਬਿਲਕੁਲ, ਇੱਥੇ ਟਰੈਕਟਰ ਟਰਾਲੀਆਂ 'ਤੇ ਤਾਂ ਅਸੀਂ ਦੇਖਿਆ ਸੀ ਕਿ ਰੋਸ ਪ੍ਰਦਰਸ਼ਨ ਹੋ ਰਿਹਾ, ਬਟ ਇਹ ਮੈਡਮ ਨੇ ਜਿਹੜੇ ਸੀਨੀਅਰ ਐਗਜ਼ੀਕਿਊਟਿਵ ਫਰੋਮ ਹਾਈਕੋਰਟ ਹਰਿਆਣਾ ਚੰਡੀਗੜ੍ਹ, ਇਹ ਇੱਥੇ ਸਪੈਸ਼ਲ ਬੁਲਟ 'ਤੇ ਆਏ ਨੇ, ਸੋ ਤੁਸੀਂ ਜਿਵੇਂ ਇੱਥੇ ਬੁਲਟ 'ਤੇ ਪੁੱਜੇ ਹੋ ਤਾਂ ਤੁਸੀਂ ਦੱਸਿਆ ਕਿ ਤੁਹਾਨੂੰ ਆਉਣ ਸਾਰੀ ਇਹਨਾਂ ਨੇ ਲੰਗਰ ਛਕਾਇਆ, ਰਸਤੇ 'ਚ ਵੀ ਬਹੁਤ ਮਾਣ ਦਿੱਤਾ ਹਰਿਆਣਾ ਦੇ ਜਿਹੜੇ ਆਪਣੇ ਜਾਟ ਹੈ ਕਿਸਾਨ ਹੈ ਉਹਨਾਂ ਨੇ ਵੀ ਰਸਤੇ 'ਚ ਕਰਨਾਲ ਦੇ ਕੋਲ ਸਾਨੂੰ ਬਹੁਤ ਜ਼ਿਆਦਾ ਮਾਣ ਦਿੱਤਾ, ਜਦਕਿ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਮੇਰੀ ਕੋਈ ਬਾਈਟ ਹੋਏ ਕੁਛ ਹੋਏ, ਮੈਂ ਆਪਣੇ ਉਸ ਕਰਕੇ ਜਜ਼ਬੇ ਕਰਕੇ ਰੋਜ਼ ਫੇਸਬੁੱਕ 'ਤੇ ਦੇਖਦੇ ਕੁਛ ਵੀ ਦੇਖਦੇ ਹਾਂ, ਅਤੇ ਸਾਡੇ ਦਿਲ ਨੂੰ ਵਾਲ ਆਉਂਦਾ ਹੈ ਕਿ ਸਾਰੀ ਜਨਤਾ ਇੱਥੇ ਬੈਠੀ ਹੈ, ਅਤੇ ਸਾਨੂੰ ਐਜੂਕੇਟਿਡ ਪੀਪਲ ਨੂੰ ਵੀ ਇਹਨਾਂ ਨੂੰ ਜੁਆਇਨ ਕਰਨਾ ਚਾਹੀਦਾ, ਬਿਕੋਜ਼
ਫਾਰਮਰ ਸਾਡੀ ਰੀੜ ਦੀ ਹੱਡੀ ਹੈ ਜੀ। ਬਿਲਕੁਲ, ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਵੇਂ ਜਿੰਨੇ ਵੀ ਕਿਸਾਨ ਇੱਥੇ ਰੋਸ ਪ੍ਰਦਰਸ਼ਨ ਦੇ ਵਿੱਚ ਆਏ ਨੇ, ਕਿਤੇ ਨਾ ਕਿਤੇ ਸਰਕਾਰ ਦਾ ਇਹ ਕਹਿਣਾ ਹੈ ਕਿ ਇਹਨਾਂ ਕਿਸਾਨਾਂ ਨੂੰ ਜਿਹੜਾ ਮੈਨੂਪਲੇਟ ਕੀਤਾ ਜਾ ਰਿਹਾ। ਸੋ ਤੁਸੀਂ ਆਲਰੇਡੀ ਮੈਨੂਪਲੇਟ ਨਹੀਂ ਕਰ ਰਹੇ, ਅਸੀਂ ਆਪਣੇ ਆਪ ਆਪਣੇ ਆਉਣ ਵਾਲੀਆਂ ਪੁਸ਼ਤਾਂ ਦੇ ਗਵਾਹ ਬਣਨਾ ਚਾਹੁੰਦੇ ਹਾਂ, ਅਸੀਂ ਉਹਨਾਂ ਨੂੰ ਵਿਟਨੈਸ ਕਰਨਾ ਚਾਹੁੰਦੇ ਕਿ ਅਸੀਂ ਇਹਨਾਂ ਅੰਦੋਲਨ ਦੇ ਵਿੱਚ ਆ ਕੇ ਆਪ ਖੁਦ ਸ਼ਿਰਕਤ ਕੀਤੀ ਹੈ। ਇੱਥੇ ਕੋਈ ਸਾਨੂੰ ਵਰਗਲਾ ਨਹੀਂ ਸਕਦਾ, ਵੀ ਆਰ ਆਲ ਐਜੂਕੇਟਿਡ। ਯੈਸ, ਸਾਨੂੰ ਕੋਈ ਇਹ ਨਹੀਂ ਕਰ ਸਕਦਾ ਕਿ ਡੂ ਦਿਸ ਔਰ ਦੈਟ, ਵੀ ਆਰ ਸੋ ਐਜੂਕੇਟਿਡ ਵੀ ਕੈਨ ਜੱਜ ਆਰਸੈਲਵਸ ਵਾਟ ਇਜ਼ ਰੋਂਗ ਐਂਡ ਵਾਟ ਇਜ਼ ਰਾਈਟ। ਯੈਸ, ਯੂ ਆਰ ਐਬਸੋਲੂਟਲੀ ਰਾਈਟ। ਐਂਡ ਸੈਕਿੰਡ ਕੁਐਸਚਨ ਮੇਰਾ ਇਹ ਹੈ ਕਿ ਤੁਸੀਂ ਜਿਵੇਂ ਇੱਕ ਤੁਹਾਡਾ ਬੈਕਗ੍ਰਾਉਂਡ ਲਾਅ ਫਰਮ ਹੈ, ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਜਾਂ ਜੋ ਕਾਨੂੰਨ ਪਾਸ ਹੋਇਆ, ਇਹ ਇਸ ਦੇ ਵਿੱਚ ਸ਼ੋਧ ਹੋਣਾ ਚਾਹੀਦਾ ਹੈ ਜਾਂ ਕਿਤੇ ਨਾ ਕਿਤੇ ਜਾ ਕੇ ਇਸ ਨੂੰ ਟੋਟਲੀ ਖਤਮ ਕਰ ਦੇਣਾ ਚਾਹੀਦਾ? ਕਰ ਦੇਣਾ ਚਾਹੀਦਾ ਟੋਟਲੀ, ਬਿਕੋਜ਼ ਦਾ ਥਿੰਗ ਇਜ਼ ਕਿ ਜਦ ਫਾਰਮਰਸ ਦੇ ਹੱਕਾਂ ਦੀ ਗੱਲ ਨਹੀਂ ਹੋ ਰਹੀ, ਉਹ ਖੁਦ ਹੀ ਇੰਨੇ ਜ਼ਿਆਦਾ ਅਪਸੈਟ ਹੋ ਚੁੱਕੇ ਹੈ ਕਿ ਵੀ ਸਾਨੂੰ ਇਹ ਕਾਨੂੰਨ ਚਾਹੀਦਾ ਹੀ ਨਹੀਂ ਹੈ, ਹੈ ਨਾ। ਇਹਨਾਂ ਨੂੰ ਇਸ ਕਰਕੇ ਜਦ ਉਹ ਚਾਹੁੰਦੇ ਹੀ ਨਹੀਂ ਆ, ਉਹ ਕਹਿੰਦੇ ਅਸੀਂ ਹੁਣ ਮੀਟਿੰਗ ਵੀ ਕਰਨਾ ਨਹੀਂ ਚਾਹੁੰਦੇ। ਔਰ ਦੇਖੋ ਤੁਸੀਂ ਕਿੰਨੇ ਕੁ ਕਿਸਾਨ ਜਿਸ ਦਿਨ ਦਾ ਅੰਦੋਲਨ ਸ਼ੁਰੂ ਹੋਇਆ, ਅੱਜ ਤੇ 14-15 ਦਿਨਾਂ 'ਚ ਸ਼ਹੀਦ ਹੋਇਆ। ਇਹ ਜਿਹੜੀ ਜਿਹੜਾ ਮਤਲਬ ਕਿੰਨਾ ਵੱਡਾ ਲੋਸ ਹੈ ਫੈਮਲੀਜ਼ ਨੂੰ, ਠੀਕ ਹੈ। ਅਸੀਂ ਉਹਨਾਂ ਦੇ ਵੱਲ ਵੀ ਸਿੰਪਥੈਟਿਕ ਹੈ, ਅਸੀਂ ਆਹ ਜਿਹੜੇ ਲੋਕ ਬੈਠੇ ਹੈ ਉਹਨਾਂ ਦੇ ਵੱਲ ਵੀ ਸਿੰਪਥੈਟਿਕ ਹੈ ਕਿ ਇਹ ਦੇ ਆਰ ਨੋਟ ਮੈਂਟ ਫੋਰ ਦੀਜ਼ ਥਿੰਗਸ, ਕਿ ਵੀ ਇੱਥੇ ਬੈਠ ਕੇ ਆਹ ਬਣਾਉਣ ਰੋਟੀਆਂ 'ਤੇ ਖੇਤੀਬਾੜੀ ਦਾ ਕਿੰਨਾ ਨੁਕਸਾਨ ਹੋ ਰਿਹਾ ਹੈ, ਅਤੇ ਘਰਾਂ ਦੀਆਂ ਜਿਹੜੀਆਂ ਔਰਤਾਂ ਉਹਨਾਂ ਨੇ ਸਾਰਾ ਖੇਤੀਬਾੜੀ ਦਾ ਪਿੱਛੇ ਉਹ ਕੰਮ ਸਾਂਭਿਆ ਹੋਇਆ। ਖੇਤੀਬਾੜੀ ਬਹੁਤ ਡਿਫੀਕਲਟ ਹੈ, ਕੋਈ ਦੁਕਾਨ ਨਹੀਂ ਵੀ ਚਲੋ ਆਹ ਵੇਚਤਾ ਸੈਲ ਐਂਡ ਬਾਏ ਦਾ, ਇਹ ਬਹੁਤ ਹੀ ਡਿਫੀਕਲਟ ਕੰਮ ਹੈ। ਜੇ ਸਾਡੇ ਮੈਂ ਇਹ ਕਹਿਣਾ ਚਾਹੁੰਦੀ, ਜੇ ਸਾਡੇ ਘਰ ਦੇ ਵਿੱਚ ਅਸੀਂ ਜੋਬ ਕਰਦੇ ਹਾਂ, ਉਹ ਇਸੇ ਕਰਕੇ ਕਰਦੇ ਹਾਂ ਕਿ ਅਸੀਂ ਰਾਤ ਨੂੰ 2 ਰੋਟੀਆਂ ਖਾ ਸਕੀਏ, ਚਾਹੇ ਅਸੀਂ ਕਿੰਨੇ ਮਰਜ਼ੀ ਕਿਸੇ ਵੀ ਚੀਜ਼ ਨਾਲ ਅਟੈਚ ਹੈ, ਟੈਕਨੋਲੋਜੀ ਨਾਲ ਅਟੈਚ ਹੈ, ਜਿੰਨੇ ਮਰਜ਼ੀ ਅਸੀਂ ਇੰਟੈਲੀਜੈਂਟ ਹੈ, ਅਤੇ ਉਹ ਜਿਹੜੀਆਂ 2 ਰੋਟੀਆਂ ਅਸੀਂ ਜਿਹਦੇ ਵਾਸਤੇ ਇੰਨਾ ਕੰਮ ਕਰਦੇ ਹਾਂ, ਸਾਨੂੰ ਇਹ ਸੋਚਣਾ ਚਾਹੀਦਾ ਕਿ ਉਹ 2 ਰੋਟੀਆਂ ਆਉਂਦੀਆਂ ਕਿੱਥੋਂ ਹੈ, ਉਹ ਰੋਟੀਆਂ ਪ੍ਰੋਡਿਊਸ ਹੁੰਦੀਆਂ ਅਨਾਜ ਤੋਂ। ਅਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਵੀ ਜੇ ਸਾਡਾ ਜਿਹੜਾ ਅਨਾਜ ਪ੍ਰੋਡਿਊਸ ਜਿਹੜਾ ਹੁੰਦਾ, ਸਾਨੂੰ ਇਹ ਸਮਝ ਕਿਉਂ ਆਪਾਂ ਜ਼ਹਿਨ 'ਚ ਕਿਉਂ ਨਹੀਂ ਰੱਖਦੇ ਕਿ ਇਹ ਫਾਰਮਰ ਪ੍ਰੋਡਿਊਸ ਕਰਦਾ? ਜੀ ਬਿਲਕੁਲ, ਸਾਡੀ ਪ੍ਰੋਬਲਮ 'ਚ ਆ ਗਿਆ ਅਤੇ ਅਸੀਂ ਇਹ 2 ਰੋਟੀਆਂ ਕਿੱਥੋਂ ਖਾਵਾਂਗੇ? ਇਹ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਅਸੀਂ ਫਾਰਮਰਸ ਨੂੰ ਸਪੋਰਟ ਕਰੀਏ। ਅੱਜ ਇਹ ਪ੍ਰੋਬਲਮ 'ਚ ਹੈ, ਇਹ ਸਾਡਾ ਇੱਕ ਸੋਸ਼ਲ ਕੌਜ਼ ਹੈ, ਸਾਨੂੰ ਹਰ ਸੋਸ਼ਲ ਕੌਜ਼ ਵਾਸਤੇ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦੀ ਇਕੱਲੇ ਫਾਰਮਰਸ ਨੂੰ ਸਪੋਰਟ ਕਰੀਏ, ਜਿੱਦਾਂ ਹੋਰ ਅੱਤਿਆਚਾਰ ਹੋ ਰਿਹਾ, ਫੀਮੇਲਸ ਦੇ ਉੱਤੇ ਕੋਈ ਅਟੈਕ ਕ੍ਰਾਈਮ ਹੋ ਰਿਹਾ, ਸਾਨੂੰ ਉਹਨਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ। ਜਿੱਦਾਂ ਮੈਂ ਖੁਦ ਕੁਦਰਤ ਸੈਲਫ ਡਿਫੈਂਸ ਕਰਕੇ ਖੋਲਿਆ ਕਿ ਮੈਂ ਮਾਰਸ਼ਲ ਆਰਟ ਦੇ ਵਿੱਚ ਅਤੇ ਕਿੱਕ ਬੋਕਸਿੰਗ 'ਚ ਫਰੀ ਕੈਂਪ ਲਾ ਕੇ ਸ਼ੁਰੂ ਕਰ ਰਹੀ ਹਾਂ ਕਿ ਵੀ ਮੈਂ ਲੇਡੀਜ਼ ਨੂੰ ਜਿੰਨਾ ਕਿ ਉਹਨਾਂ ਨੂੰ ਕਰ ਸਕਾਂ ਕਿ ਜੇ ਕੋਈ ਅਟੈਕ ਕਰਦਾ ਤਾਂ ਤੁਸੀਂ ਆਪਣਾ ਨੂੰ ਕਿਵੇਂ ਸੇਵ ਕਰਨਾ। ਕੋਈ ਵੀ ਸੋਸ਼ਲ ਕੌਜ਼ ਹੈ ਸਾਨੂੰ ਖੜਨਾ ਚਾਹੀਦਾ, ਇਹ ਇੰਡੀਆ ਇੱਕ ਕੰਟਰੀ ਹੈ, ਦਿਸ ਇਜ਼ ਆ ਵਨ ਕੰਟਰੀ ਸਰ, ਇਸ ਆਲ ਵੀ ਆਰ ਸਿਟੀਜ਼ਨਸ। ਸਾਨੂੰ ਕਿਸੇ ਵੀ ਮਜ਼ਹਬ ਨੂੰ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੀਦਾ, ਉਹ ਕੀ ਆ ਉਹ ਕੀ ਹੈ। ਜੀ ਬਿਲਕੁਲ, ਡੈਮੋਕ੍ਰੇਸੀ ਦਾ ਇਹੀ ਫਾਇਦਾ ਹੈ ਕਿ ਹਰ ਕਿਸੇ ਨੂੰ ਸਾਹਮਣੇ ਆ ਕੇ, ਕੋਈ ਵੀ ਅਗਰ ਮੌਜੂਦਾ ਸਰਕਾਰ ਬਿੱਲ ਪਾਸ ਕਰਦੀ ਹੈ ਉਸ ਦੇ ਲਈ ਜੇਕਰ ਉਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਤਾਂ ਉਸਦਾ ਖੁੱਲ੍ਹ ਕੇ ਵਿਰੋਧ ਕਰਨਾ ਚਾਹੀਦਾ। ਅਤੇ ਮੇਰਾ ਹਾਂਜੀ ਮੇਰਾ ਲਾਸਟ ਸਵਾਲ ਤੁਹਾਨੂੰ ਇਹ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਾ ਕੇ ਕਿਸਾਨ ਵੀ ਆਪਣੀ ਜ਼ਿੱਦ 'ਤੇ ਅੜੇ ਨੇ ਅਤੇ ਸਰਕਾਰ ਵੀ ਆਪਣੀ ਜ਼ਿੱਦ 'ਤੇ ਅੜੀ ਹੋਈ ਆ, ਅਤੇ ਕਿਧਰੇ ਜਿਵੇਂ 14-15 ਸ਼ਹਾਦਤਾਂ ਆਲਰੇਡੀ ਹੋ ਚੁੱਕੀਆਂ ਨੇ, ਤੁਹਾਨੂੰ ਨਹੀਂ ਲੱਗਦਾ ਰੱਬ ਨਾ ਕਰੇ ਅੱਗੇ ਜੇ ਸ਼ਹਾਦਤਾਂ ਵੱਧਦੀਆਂ ਗਈਆਂ, ਜੇਕਰ ਸਰਕਾਰ ਇੱਕ ਕਦਮ ਅੱਗੇ ਵਧਾਉਂਦੀ ਹੈ, ਸਰਕਾਰ ਜਿਹੜੀ ਹੈਗੀ ਆ ਉਹ ਸ਼ੋਧ ਕਰਨ ਲਈ ਆਈ ਥਿੰਕ ਕਿਤੇ ਨਾ ਕਿਤੇ ਜਾ ਕੇ ਐਗਰੀ ਹੋ ਚੁੱਕੀ ਆ, ਬਟ ਕਿਸਾਨਾਂ ਦੀ ਜ਼ਿੱਦ ਹੈ ਕਿ ਇਹ ਬਿੱਲ ਟੋਟਲੀ ਕੈਂਸਲ ਕੀਤਾ ਜਾਵੇ। ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਕਿਸਾਨਾਂ ਦੀ ਇਹ ਜ਼ਿੱਦ ਹੈ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡਾ ਖਾਮਿਆਜ਼ਾ ਵੀ ਭੁਗਤਣਾ ਪੈ ਸਕਦਾ? ਨਹੀਂ, ਮੈਂ ਇਹ ਸੋਚਦੀ ਹਾਂ ਕਿ ਜਿਹੜੇ ਅਗਰ ਗਵਰਨਮੈਂਟ ਚਾਹੁੰਦੀ ਹੈ ਉਹ ਸ਼ੋਧ ਕਰਨਾ ਚਾਹੁੰਦੀ ਹੈ ਤਾਂ ਉਹ ਬਿਲਕੁਲ ਖੁੱਲ੍ਹ ਕੇ ਸਾਹਮਣੇ ਆਉਣ। ਦੇਖੋ ਸਾਨੂੰ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਫਾਰਮਰਸ ਨੂੰ ਇੱਕ ਵਾਰੀ ਵੀ ਉਹ ਕੋਈ ਸੰਦੇਸ਼ ਸਾਨੂੰ ਦੇ ਦੇਣ ਪ੍ਰਾਈਮ ਮਿਨਿਸਟਰ ਜੀ, ਕਿਉਂ ਸਾਨੂੰ ਸੁਤੇਲਾ ਵਿਵਹਾਰ ਕਰ ਰਹੇ ਹੈ। ਅਸੀਂ ਉਹਨਾਂ ਦੇ ਕਹਿਣ 'ਤੇ ਕਿੰਨਾ ਕੁਛ ਕੀਤਾ, ਉਹ ਦੀਵੇ ਵਾਲੇ ਥਾਲੀਆਂ ਪਿੱਟੀਆਂ ਸਭ ਕੁਛ ਕੀਤਾ,
ਉਹ ਸਾਨੂੰ ਆ ਕੇ ਕਿਉਂ ਨਹੀਂ ਮਿਲਦੇ? ਇੱਕ ਵਾਰੀ ਮਿਲ ਕੇ ਉਹਨਾਂ ਨੂੰ ਕਹਿ ਦੇਣੇ, ਅਗਰ ਜੇ ਉਹਨਾਂ ਨੂੰ ਕਨਵਿੰਸ ਕਰਨ ਦੇਣਗੇ, ਕਮਿਊਨੀਕੇਸ਼ਨ ਗੈਪ ਰਹਿ ਰਿਹਾ, ਤਾਂ ਉਹਨਾਂ ਨੂੰ ਇੱਕ ਵਾਰੀ ਆ ਕੇ ਖੁਦ ਕਹਿ ਦੇਣੇ, ਇੱਕ ਵਾਰੀ ਟੀਵੀ 'ਤੇ ਕਹਿ ਦੇਣ ਕਿ ਬਈ ਮੈਂ ਹੁਣ ਕਰਾਂਗਾ, ਤੁਸੀਂ ਟੈਨਸ਼ਨ ਨਾ ਲਓ, ਤਾਂ ਫਿਰ ਇੰਨਾ ਜ਼ਿਆਦਾ ਇੰਡੀਆ ਨੂੰ ਭੱਜ ਭੱਜ ਕੇ ਇੱਥੇ ਆਉਣ ਦੀ ਕੀ ਲੋੜ ਪਈ ਹੈ? ਅਸੀਂ ਉੱਥੇ ਬੈਠੇ ਬੈਠੇ ਰੋਜ਼ ਫੇਸਬੁੱਕ 'ਤੇ ਦੇਖਦੇ ਹਾਂ, ਸਾਨੂੰ ਵੀ ਲੋਕ ਰੋਕਦੇ ਆ, ਨਾ ਜਾਓ ਪਤਾ ਨਹੀਂ ਕੀ ਹੋ ਜਾਏਗਾ, ਅਤੇ ਅਸੀਂ ਕਿਹਾ ਵੀ ਚਲੋ ਜਾ ਕੇ ਦੇਖ ਹੀ ਲਈਏ ਕੀ ਹੋ ਜਾਏਗਾ, ਜੇ ਸਾਡੇ ਇੰਨੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ, ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਖਾਲਸੇ ਪੰਥ ਤੋਂ ਬਿਲੋਂਗ ਕਰਦੇ ਆ, ਉਹਨਾਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ, ਕੀ ਹੋ ਜਾਏਗਾ? ਜੇ ਮਰਨਾ ਤਾਂ ਹੈ ਹੀ ਇੱਕ ਦਿਨ, ਤਾਂ ਫਿਰ ਕਿਉਂ ਨਾ ਫਿਰ ਕਿਸੇ ਚੰਗੇ ਕੰਮ ਵਾਸਤੇ ਹੀ ਮਰ ਜਾਈਏ, ਜਾ ਕੇ ਦੇਖੀਏ ਆ, ਤਾਂ ਕਿ ਅਸੀਂ ਵਿਟਨੈਸ ਕਰ ਸਕੀਏ ਕਿ ਉੱਥੇ ਕੀ ਚੰਗਾ ਸੀ ਕੀ ਮਾੜਾ ਸੀ, ਹੈ ਨਾ? ਵੀ ਪੁੱਛੀਏ ਇਹਨਾਂ ਨੂੰ ਵੀ ਕੌਣ ਭੜਕਾ ਰਿਹਾ ਤੁਹਾਨੂੰ ਜਾਂ ਕੀ ਹੋ ਰਿਹਾ। ਅਸੀਂ ਗਰਾਊਂਡ ਲੈਵਲ 'ਤੇ ਆ ਕੇ ਚੈੱਕ ਕਰਨਾ ਚਾਹੁੰਦੇ ਹਾਂ ਜੇ, ਕਿਉਂਕਿ ਅਸੀਂ ਪੜ੍ਹੇ ਲਿਖੇ ਲੋਕ ਹਾਂ, ਸਾਨੂੰ ਇਹ ਸਾਨੂੰ ਕੋਈ ਬਰਗਲਾ ਨਹੀਂ ਸਕਦਾ, ਅਸੀਂ ਆਪਣਾ ਮਾਈਂਡ ਅਪਲਾਈ ਕਰਾਂਗੇ। ਜਾਂ ਸਿਰਫ ਮੋਦੀ ਜੀ ਨੂੰ ਚਾਹੀਦਾ ਕਿ ਇੱਕ ਵਾਰੀ ਅਤਿਥੀ ਦੇਵੋ ਭਵ ਨੂੰ ਮੰਨ ਕੇ, ਜੋ ਸ਼ਾਸਤਰਾਂ 'ਚ ਲਿਖਿਆ, ਸਾਨੂੰ ਅਸੀਂ ਅਤਿਥੀ ਹਾਂ, ਅਸੀਂ ਵੀ ਕੋਈ ਉਹ ਨਹੀਂ ਹੈ, ਫਾਰਮਰਸ ਹੈ ਚਾਹੇ ਕੋਈ ਹੈ, ਸਾਨੂੰ ਬਸ ਇੱਕ ਵਾਰੀ ਆ ਕੇ ਉਹਨਾਂ ਨੂੰ ਮਿਲਣਾ ਚਾਹੀਦਾ। ਇੰਨੇ ਸਿੱਖ ਕੌਮ ਇੰਨੀ ਕਿ ਜਿਹੜਾ ਦਿਲ ਉਹਨਾਂ ਦਾ ਮੋਮ ਹੈ, ਉਹ ਪਿਘਲ ਸਕਦੇ ਆ, ਉਹਨਾਂ ਨਾਲ ਬੈਠ ਕੇ ਗੱਲ ਤਾਂ ਕਰੋ। ਬਸ ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਇੱਕ ਮਿਡਲ ਦੇ ਵਿੱਚ ਆ ਕੇ, ਇੱਕ ਇੰਨਾ ਆਹ ਅੰਦੋਲਨ ਚੱਲਿਆ, ਕਿ ਇੱਕ ਵਾਰੀ ਕੋਈ ਅੱਗੇ ਆ ਕੇ ਚੰਗੀ ਤਰ੍ਹਾਂ ਪ੍ਰਾਈਮ ਮਿਨਿਸਟਰ ਜੀ ਇੱਕ ਵਾਰੀ ਸੰਬੋਧਿਤ ਕਰ ਦੇਣ ਵੀ ਕੋਈ ਗੱਲ ਨਹੀਂ, ਮੈਂ ਇਸ ਚੀਜ਼ ਦੇ ਵਿੱਚ ਹੈਗਾ, ਤਾਂ ਤੁਸੀਂ ਦੇਖੋ ਕੀ ਉਹਦੇ ਵਿੱਚ ਉਹ ਹੁੰਦਾ, ਕਿਉਂਕਿ ਜਦ ਤੱਕ ਤੁਹਾਡਾ ਰਾਜਾ ਆਪ ਨਹੀਂ ਆਏਗਾ, ਤਾਂ ਕਈ ਲੋਕ ਵਿੱਚ ਆ ਕੇ ਸ਼ਰਾਰਤੀ ਤੱਤਵ ਫਿਰ ਤਾਂ ਭੜਕਾਉਣਗੇ। ਇਹ ਉਹਨਾਂ ਦੇ ਮਨ ਨੂੰ ਸੋਚਣਾ ਚਾਹੀਦਾ ਕਿ ਮੈਂ ਇੱਕ ਵਾਰੀ ਤਾਂ ਸੰਬੋਧਿਤ ਕਰਾਂ ਜੀ। ਬਿਲਕੁਲ, ਜਿਵੇਂ ਕਿ ਬੇਟੀ ਪੜ੍ਹਾਓ ਬੇਟੀ ਬਚਾਓ, ਪੜ੍ਹੀਆਂ ਲਿਖੀਆਂ ਬੇਟੀਆਂ ਵੀ ਆ ਰਹੀਆਂ, ਦੂਜੀਆਂ ਵੀ ਆ ਰਹੀਆਂ, ਉਹਨਾਂ ਨੂੰ ਇੱਕ ਬੇਟੀ ਦੀ ਗੁਹਾਰ ਸੁਣਨੀ ਚਾਹੀਦੀ ਹੈ ਜੀ। ਬਿਲਕੁਲ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਬਾਕੀ ਸਾਡੀ ਫੁੱਲ ਸਪੋਰਟ ਤੁਹਾਡੇ ਨਾਲ ਹੈ, ਅਸੀਂ ਤੁਹਾਡੀ ਆਵਾਜ਼ ਨੂੰ ਜਿਹੜਾ ਬਿਨਾਂ ਕੁਛ ਡਿਲੀਟ ਕੀਤਿਆਂ, ਬਿਨਾਂ ਕੁਛ ਐਡਿਟ ਕੀਤਿਆਂ ਤੁਹਾਡੀ ਡਾਇਰੈਕਟ ਜਿਹੜੀ ਆਵਾਜ਼ ਹੈ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ, ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਜੀ ਬਿਲਕੁਲ ਜੀ ਬਿਲਕੁਲ ਅੰਬਾਨੀ ਦੇ, ਜਿਵੇਂ ਕਹਿ ਰਹੇ ਨੇ ਕਿ ਅੰਬਾਨੀ ਦੇ ਘਰ ਪੋਤਾ ਹੋਇਆ, ਅਤੇ ਜਿਹੜੇ ਪੀਐਮ ਮੋਦੀ ਸਾਹਿਬ ਨੇ ਉਹਨਾਂ ਦੇ ਘਰ ਵਧਾਈ ਦੇਣ ਚਲੇ ਗਏ, ਪਰੰਤੂ ਉਹਨਾਂ ਨੇ ਇੱਕ ਵਾਰ ਵੀ ਆ ਕੇ ਇੱਥੇ ਕਿਸਾਨਾਂ ਦਾ ਹਾਲ ਚਾਲ ਨਹੀਂ ਪੁੱਛਿਆ। ਜਿਵੇਂ ਇੱਥੇ ਕਾਫੀ ਟਾਈਮ ਪਹਿਲਾਂ ਬਾਰਿਸ਼ ਵੀ ਹੋ ਕੇ ਹਟੀ ਹੈ, ਉਹਨਾਂ ਨੂੰ ਇੱਕ ਵਾਰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇਹਨਾਂ ਕਿਸਾਨਾਂ ਨੇ ਕਿਵੇਂ ਇਸ ਚੀਜ਼ ਦੇ ਵਿੱਚ ਸਫ਼ਰ ਕੀਤਾ ਹੈ। ਜੀ ਜੀ, ਇੱਥੇ ਰਹਿਣਾ ਨਹੀਂ ਚਾਹੁੰਦੇ, ਮਜਬੂਰ ਆ, ਘਰ ਛੱਡੇ ਹੋਏ, ਤੁਹਾਨੂੰ ਪਤਾ ਦਿਲ ਨਹੀਂ ਕਰਦਾ, ਮੈਂ ਗੇਮ ਕਰਦਾ, ਮੈਂ 6 ਮਹੀਨੇ ਪ੍ਰੈਕਟਿਸ ਕੀਤੀ ਆ, 15 ਦਿਨ ਉੱਥੇ ਇੱਥੇ ਬੈਠਾ, ਚੱਲ ਪ੍ਰੈਕਟਿਸ ਕਰਦਾ ਆਪਦੇ ਜਿੰਨੇ ਕਰ ਸਕਦੇ ਆ, ਦਿਲ ਨਹੀਂ ਕਰਦਾ, ਕਿਉਂਕਿ ਸਾਡੀ ਕਮਾਈ ਵੀ ਸਾਰੀ ਖੇਤੀ ਦੇ ਨਾਲ ਆ, ਖੇਤੀਬਾੜੀ ਹੋਊਗੀ, ਕਿਸਾਨ ਜਿਉਂਦੇ ਰਹਿਣਗੇ, ਗੇਮ ਹੋਊਗੀ, ਕੋਈ ਟੂਰਨਾਮੈਂਟ ਚੱਲਣਗੇ, ਅਸੀਂ ਹਾਂ ਨਾਲ ਸਾਰੇ ਕਿਸਾਨਾਂ ਦੇ। ਮੇਰੀ ਇਹੀ ਰਿਕੁਐਸਟ ਆ ਵੀ ਸਾਡੇ ਨਾਲ ਗੱਲਬਾਤ ਕਰੇ, ਪੰਜਾਬੀ ਕੌਮ ਆ, ਜਿੱਦਾਂ ਮੈਡਮ ਨੇ ਕਿਹਾ ਵੀ ਪਿਘਲ ਜਾਂਦੀ ਆ, ਕੋਈ ਡੈਲੀ ਸਾਡੇ ਇੱਦਾਂ ਦੇ ਆ, ਵੀ ਸਾਡੇ ਨਾਲ ਗੱਲ ਤਾਂ ਕਰੇ, ਜਦੋਂ ਕਾਨੂੰਨ ਕਹਿ ਰਹੇ ਆ ਵੀ ਰੱਦ ਕਰੋ ਰੱਦ ਕਰੋ, ਜੇ ਕਿਸਾਨ ਖੁਸ਼ ਨਹੀਂ ਗਾ, ਲੋਕ ਨਹੀਂ ਗੇ ਖੁਸ਼, ਪੀਐਮ ਬਣਾਏ ਆਪਾਂ ਕਦੇ ਵਾਸਤੇ, ਲੋਕਾਂ ਦੀ ਖੁਸ਼ੀ ਵਾਸਤੇ ਆ, ਮੈਂ ਸਮਝ ਨਹੀਂ ਆ ਰਹੀ ਮੈਨੂੰ ਕਾਨੂੰਨ ਵੀ ਆਪਣਾ ਲੋਕਤੰਤਰ ਗਿਆ ਕਿੱਥੇ ਆ, ਇੰਨੇ ਲੋਕ ਸੜਕਾਂ 'ਤੇ ਬੈਠੇ ਆ, ਇੰਨੇ ਦਿਨ ਹੋ ਗਏ ਆ, ਲੋਕਤੰਤਰ ਕਾਨੂੰਨ ਬਈ ਖਤਮ ਹੋਇਆ ਪਿਆ ਵਾ, ਮੋਦੀ ਨੂੰ ਆਪ ਚਾਹੀਦਾ ਸਰਕਾਰ ਨੂੰ ਇਹ ਗੱਲ ਸੋਚਣੀ, ਸਾਡੀ ਰਿਕੁਐਸਟ ਆ, ਅਸੀਂ ਕੋਈ ਜੰਗ ਲੜਨੀ ਹੋਏ ਇੱਥੇ ਵੀ ਆਏ, ਚੱਲ ਜੰਗ ਜੋਸ਼ ਨਾਲ ਜ਼ਰੂਰ ਆਏ ਹਾਂ ਵੀ ਜਿੱਤਣਾ ਵਾ, ਪਰ ਅਸੀਂ ਇਹ ਦੇਸ਼ ਦੇ ਰਹਿਣ ਵਾਲੇ ਹਾਂ, ਇਹੀ ਰਿਕੁਐਸਟ ਆ ਸਾਡੀ ਵੀ ਅੱਜ ਬਸ ਵੀ ਹਾਂ। ਹਾਂਜੀ, ਕਿ ਜਿਹੜੇ ਸਾਡਾ ਖਾਲਸਾ ਪੰਥ ਦੇ ਜਿਹੜੇ ਸਾਡੇ ਜਿਹਨਾਂ ਨੇ ਸਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਸਾਰੇ ਸਿੱਖਾਂ ਨੂੰ ਇਹ ਇੱਕ ਮੈਂ ਜਿਹੜਾ ਸਾਨੂੰ ਮਾਣ ਬਖਸ਼ਿਆ, ਇੱਕ ਸਿੰਘ ਨੂੰ ਅਤੇ ਇੱਕ ਜਿਹੜੀ ਬੇਟੀ ਹੈ ਅਤੇ ਧੀ ਅਤੇ ਬੇਟੇ ਦਾ ਜਿਹੜਾ ਰੁਤਬਾ ਹੈ, ਮੈਂ ਇਹ ਦੱਸਣਾ ਚਾਹੁੰਦੀ ਹਾਂ ਤੁਹਾਡੇ ਜ਼ਰੀਏ ਕਿ ਸਾਡੇ ਨਾਲ ਇਹ ਕੋਈ ਵੀ ਜਿਹੜਾ ਮਦਦ ਨਹੀਂ ਕਰ ਸਕਦਾ, ਕਮ ਸੇ ਕਮ ਸਾਡੇ ਬੱਚਿਆਂ ਬਾਰੇ, ਭੈਣਾਂ ਅਤੇ ਭਰਾਵਾਂ ਬਾਰੇ ਕੁਛ ਇਸ ਤਰ੍ਹਾਂ ਦਾ ਕਮੈਂਟ ਜਾਂ ਉਹ ਨਾ ਕਰਨ ਕਿ ਜਿਹੜੇ ਮਤਲਬ ਕਿ ਬਹੁਤ ਹੀ ਐਂਟੀ ਜਾਣ, ਜਿੰਨਾ ਕਿ ਕੋਈ ਵੀ ਪ੍ਰੋਬਲਮ ਆ, ਕਿਉਂਕਿ ਮੈਂ ਮੇਨ ਗੱਲ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਇੱਕ ਸਰਦਾਰਨੀ ਹੈ, ਇੱਕ ਸਿੱਖ ਸਿੰਘਣੀ ਹੈ, ਜਦੋਂ ਪੈਦਾ ਹੁੰਦੀ ਹੈ ਆਪਣੀ ਮਾਂ ਦੀ ਗੋਦ 'ਚ ਆਉਂਦਿਆਂ ਸਾਰ, ਸਾਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਸਾਨੂੰ ਇਹ ਬਖਸ਼ਿਆ ਹੈਗਾ ਮਾਣ ਕਿ ਉਹਨਾਂ ਨੇ ਸਾਡੇ ਨਾਮ ਦੇ ਪਿੱਛੇ ਕੌਰ ਲਾਇਆ,
ਤੇ ਮੈਂ ਹਰ ਇੱਕ ਵਰਲਡ ਦੀ ਲੇਡੀ ਨੂੰ ਇਹ ਜਾਂ ਹਰ ਇੱਕ ਸਿਟੀਜਨ ਹਰ ਬੰਦੇ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕੌਰ ਜਿਵੇਂ ਮੇਰਾ ਕੁਲਵੰਤ ਕੌਰ ਸੰਧੂ ਅਤੇ ਉਹ ਕੌਰ ਦਾ ਮਤਲਬ ਰਾਣੀ ਹੁੰਦਾ ਅਤੇ ਅਸੀਂ ਆਪਣੀਆਂ ਮਾਵਾਂ ਦੀਆਂ ਗੋਦੀਆਂ 'ਚ ਆਉਂਦੇ ਹਾਂ ਸਾਰ ਪਿਤਾ ਦੀ ਗੋਦੀ 'ਚ ਆਉਂਦੇ ਹਾਂ ਸਾਰ ਸਾਡੇ ਨਾਮ ਦੇ ਵਿੱਚ ਕੌਰ ਲੱਗਿਆ ਸੀ ਰਾਣੀਆਂ ਸਾਨੂੰ ਨਫ਼ਰਤ ਨਾ ਕਰੋ ਸਾਡੇ ਨਾਲ ਗੱਲ ਕਰੋ ਸਾਡੇ ਨਾਲ ਬਾਤ ਕਰੋ ਸਾਡੇ ਬੱਚੇ ਜਿਹੜੇ ਆਪਣੇ ਸਰਦਾਰ ਹੈ ਉਹਨਾਂ ਦੇ ਨਾਮ ਦੇ ਪਿੱਛੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਲਾਇਆ ਅਤੇ ਸਿੰਘ ਦਾ ਮਤਲਬ ਸ਼ੇਰ ਹੈ ਅਤੇ ਇਹ ਕੋਈ ਕੌਮ ਐਸੀ ਨਹੀਂ ਹੈ ਹਰ ਜਗ੍ਹਾ ਪਹੁੰਚਦੀ ਹੈ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਪਹੁੰਚਦੇ ਹਾਂ ਸਾਨੂੰ ਨਾ ਪਿਆਰ ਕਰੋ ਇਹ ਕੋਈ ਸਾਡੇ ਬਾਰੇ ਇਹੋ ਜਿਹੀਆਂ ਗੱਲਾਂ ਨਾ ਫਸਾਓ ਨਾ ਲੇਡੀਜ਼ ਬਾਰੇ ਕਹੋ ਵੀ ਕੌਣ ਕਿਸ ਤਰ੍ਹਾਂ ਆਇਆ ਹੋਇਆ ਅਤੇ ਨਾ ਮੈਂ ਕਹਿੰਦੀ ਹਾਂ ਕਿ ਹੋਰ ਕਿਸੇ ਬਾਰੇ ਬੋਲੋ ਭਾਵੇਂ ਕੋਈ ਉਹ ਕਿੰਨੀ ਮਰਜ਼ੀ ਉੱਚੇ ਅਹੁਦੇ 'ਤੇ ਪਹੁੰਚਿਆ ਪਰ ਰਿਸਪੈਕਟ ਕਰਨਾ ਸਿੱਖਣ ਹੰਬਲ ਹੋਣਾ ਸਿੱਖਣ ਥੈਂਕ ਯੂ ਅੱਤਵਾਦੀ ਨੇ ਕੋਈ ਸਾਨੂੰ ਕਹਿੰਦੇ ਖਾਲਿਸਤਾਨੀ ਅੱਤਵਾਦੀ ਕੋਈ ਖਾਲਿਸਤਾਨੀ ਮੰਗ ਰਹੇ ਕੋਈ ਅੱਤਵਾਦੀ ਨਹੀਂ ਅਸੀਂ ਦੇਸ਼ ਦੇ ਵਿੱਚ ਰਹੇ ਹਾਂ ਅਸੀਂ ਇਨਸਾਨ ਇਨਸਾਨੀਅਤ ਤੌਰ 'ਤੇ ਜਿਉਂਦੀ ਆ ਪੰਜਾਬੀ ਕੌਮ ਕੋਈ ਹਿੰਦੂ ਵੀਰ ਆ ਕੋਈ ਸਿੱਖ ਕੋਈ ਮੁਸਲਿਮ ਸਭ ਕੋਈ ਇੱਥੇ ਪੁੱਛ ਲਓ ਜਿਹਨੂੰ ਮਰਜ਼ੀ ਅਸੀਂ ਪਿਆਰ ਨਾਲ ਸਾਡੇ ਕੋਲ ਆਉਂਦੇ ਹਾਂ ਮੈਲ ਵਰਤਨ ਕਰਦੇ ਹਾਂ ਅਸੀਂ ਕੋਈ ਖਾਲਿਸਤਾਨੀ ਨਹੀਂ ਗੇ ਬਹੁਤ ਆਰ ਆਰ ਦੇ ਇੱਥੇ ਭੜਕਾਉਂਦੇ ਆ ਵੀ ਇਹ ਖਾਲਿਸਤਾਨੀ ਨੇ ਇਹ ਆਏ ਨੇ ਇਹ ਐਂ ਕਰਨਗੇ ਅਸੀਂ ਕੋਈ ਜੰਗ ਵਾਲੇ ਮੈਦਾਨ ਉੱਦਾਂ ਨਹੀਂ ਗਏ ਅਸੀਂ ਹੱਕ ਲੈਣ ਆਏ ਹਾਂ ਬਸ ਬੇਨਤੀ ਹੈ ਸਾਡੇ ਹੱਕ ਆ ਸਾਨੂੰ ਹੱਕ ਸਾਡੇ ਮਹਿਲ ਬਿੱਲ ਵਾਪਸ ਲੈ ਜਾਣਾ ਅਸੀਂ ਜਿੱਤ ਕੇ ਵਾਪਸ ਜਾਣਾ ਇਹ ਨਹੀਂ ਗਾ ਵੀ ਅਸੀਂ ਸੋਧ ਕਰਵਾ ਲਾਂਗੇ ਪੰਜਾਬੀ ਕੌਮ ਆੜੀ ਆ ਸਾਡਾ ਬਾਈ ਲੱਖਾਂ ਸਿਧਾਣੀ ਸਾਨੂੰ ਲੀਡ ਕਰ ਰਹੇ ਆ ਇਹੀ ਗੱਲ ਕਹਿ ਰਹੇ ਆ ਵਾਰ ਵਾਰ ਸਮਝਾ ਰਹੇ ਆ ਵੀ ਕੋਈ ਡਰਨ ਦੀ ਲੋੜ ਨਹੀਂ ਗੀ ਆਪਾਂ ਨੂੰ ਸਰਕਾਰ ਇੱਥੇ ਕਹਿਣਗੇ ਕਈ ਕਹਿੰਦੇ ਨੇ ਫੌਜ ਲੱਗ ਗਈ ਐਂ ਹੋਣਾ ਕੋਈ ਫੌਜ ਨਹੀਂ ਲੱਗਦੀ ਮੋਦੀ ਸਰਕਾਰ ਨੂੰ ਜਵਾਬ ਦੇਣਾ ਪਊਗਾ ਜੇ ਕੋਈ ਆਪਣੇ 'ਤੇ ਐਕਸ਼ਨ ਹੋਊਗੀ ਵੀ ਤੁਸੀਂ ਵੱਧ ਤੋਂ ਵੱਧ ਆਓ ਜਿੰਨੇ ਵੱਧ ਲੋਕ ਆਉਣਗੇ ਉਨਾ ਸੰਘਰਸ਼ ਆਪਾਂ ਛੇਤੀ ਖਤਮ ਕਰਾਂਗੇ ਅਤੇ ਜਿੱਤ ਕੇ ਜਾਵਾਂਗੇ ਸਾਡੀ ਬੇਨਤੀ ਆ ਵੀ ਬਿੱਲ ਵਾਪਸ ਲੈ ਜਾਣ ਇੱਥੇ ਵੇਖੋ ਇਸ ਰੋਸ ਮੁਜ਼ਾਹਰੇ ਵਿੱਚ ਛੋਟੇ ਬੱਚੇ ਬੀਬੀਆਂ ਔਰ ਮੈਂ ਕਈ ਵਾਰੀ ਵੇਖਦਾ ਵਾਂ ਛੋਟੇ ਛੋਟੇ ਬੱਚੇ 8-8 ਮਹੀਨੇ ਦੇ ਮਾਵਾਂ ਲੈ ਕੇ ਆਈਆਂ ਵਾਂ ਉਹ ਇਹ ਦੱਸਣ ਦੀਆਂ ਵਾਂ ਵੀ ਆਹ ਦੇਖ ਲਓ ਤੁਹਾਡੇ ਇੱਕ ਸਮੇਂ ਦੇ ਵਿੱਚ ਰੋਸ ਮੁਜ਼ਾਹਰਾ ਹੋ ਰਿਹਾ ਅਤੇ ਬਾਕੀ ਬੱਚੇ ਵੀ ਆ ਰਹੇ ਆ ਵੀ ਉਹਨਾਂ ਨੂੰ ਕਿਤੇ ਭੁੱਲ ਨਾ ਜਾਵੇ ਵੀ ਆਹ ਜਿਸ ਤਰ੍ਹਾਂ ਜੰਗ ਲੜਨੀ ਆ ਤਾਂ ਕਿਸ ਤਰ੍ਹਾਂ ਲੜਨੀ ਆ ਇਸ ਕਰਕੇ ਬੱਚੇ ਵੀ ਲੈ ਕੇ ਆਉਂਦੇ ਆ ਵੀ ਆਹ ਦੇਖ ਲਓ ਜ਼ਿੰਦਗੀ 'ਚ ਇੱਕ ਮੌਕਾ ਆਇਆ ਵਾ ਆਪਾਂ ਇਹ ਜਿੱਤਣੀ ਆ ਅਤੇ ਜਿੱਤ ਕੇ ਜਾਣੀ ਆ ਸਿੱਖ ਕਦੀ ਪਛਾਣ ਨਹੀਂ ਮੁੜਦੇ ਅੱਗੇ ਨੂੰ ਜਾਣਗੇ ਪਿੱਛੇ ਨਹੀਂ ਮੁੜਨਗੇ ਔਰ ਇਹ ਸਾਰੀ ਦੁਨੀਆ ਦਾ ਮਸਲਾ ਵਾ ਸਾਰੇ ਸਟੇਟਾਂ ਦਾ ਮਸਲਾ ਪੰਜਾਬ ਹਰਿਆਣਾ ਹਿਮਾਚਲ ਸਾਰੇ ਕਿਸਾਨ ਇੱਥੇ ਆਏ ਆ ਕੋਈ ਇੱਥੇ ਇਕੱਲਾ ਪੰਜਾਬ ਜਾਂ ਹਰਿਆਣੇ ਦੇ ਨਹੀਂ ਸਾਰੀਆਂ ਸਟੇਟਾਂ ਦੇ ਲੋਕ ਆਏ ਆ ਸਿਰਫ ਇਸ ਮੈਦਾਨ ਨੂੰ ਜਿੱਤਣ ਵਾਸਤੇ ਇਹ ਸੋਧ ਕਰਾਉਣ ਵਾਸਤੇ ਨਹੀਂ ਆਏ ਇਹਨੂੰ ਵਾਪਸ ਕਰਾਉਣ ਵਾਸਤੇ ਆਏ ਜਿਹੜੇ ਮੋਦੀ ਨੇ ਕਾਨੂੰਨ ਬਣਾਏ ਆ ਉਹ ਜਿੰਨਾ ਚਿਰ ਤੱਕ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਕਿਸੇ ਨੇ ਵੀ ਨਹੀਂ ਜਾਣਾ ਇਹ ਸੋਧ ਦੀ ਗੱਲ ਕਰਦੇ ਆ ਘੁਮਾ ਘੁਮੋ ਕੇ ਗੱਲ ਕਰਦੇ ਆ ਸੋਧ ਵਾਲੀ ਗੱਲ ਹੀ ਕੋਈ ਨਹੀਂ ਆ ਸੋਧ ਹੁੰਦਾ ਅਤੇ ਮੋਦੀ ਨੂੰ ਪਹਿਲਾਂ ਚਾਹੀਦਾ ਸੀ ਕਿਸਾਨਾਂ ਨੂੰ ਬਿਠਾਉਂਦਾ ਅਤੇ ਆਣ ਕੇ ਪੁੱਛਦਾ ਵੀ ਤੁਹਾਨੂੰ ਕੋਈ ਮੁਸ਼ਕਲ ਆ ਅਤੇ ਆਣ ਕੇ ਬੈਠ ਕੇ ਇਹਦੇ 'ਤੇ ਗੱਲ ਕਰੀਏ ਅਤੇ ਉਹਨੇ ਤਾਂ ਉਹ ਕੀਤਾ ਹੀ ਨਹੀਂ ਉਹ ਇੱਕ ਡਿਕਟੇਟਰਸ਼ਿਪ ਵਾਲੀ ਗੱਲ ਕੀਤੀ ਆ ਵੀ ਅਸੀਂ ਜੋ ਕਰਨਾ ਵਾ ਮੈਂ ਕਰਨਾ ਵਾ ਕਿਸੇ ਦਾ ਕੋਈ ਕੰਮ ਨਹੀਂ ਆ ਕਿਸਾਨ ਕੋਈ ਚੀਜ਼ ਨਹੀਂ ਆ ਇਹਨਾਂ ਨੇ ਇਹ ਸਮਝਾਈ ਪਰ ਕਿਸਾਨਾਂ ਨੇ ਇਹਨਾਂ ਦਾ ਇੱਕ ਵਾਰੀ ਭੁਲੇਖਾ ਕੱਢਤਾ ਜੋ ਦੁਨੀਆ ਦੇ ਵਿੱਚ ਹੈ ਤੁਹਾਨੂੰ ਦੇਖ ਲਓ ਇੱਥੇ ਸਾਰੇ ਕਿਸਾਨ ਉਹਨਾਂ ਦੇ ਬੱਚੇ ਉਹਨਾਂ ਦੀਆਂ ਲੇਡੀਜ਼ ਸਾਡੀਆਂ ਭੈਣਾਂ ਮਾਤਾਵਾਂ ਆਈਆਂ ਵਾਂ ਜਿਹੜੀਆਂ ਕਹਿੰਦੀਆਂ ਵੀ ਤੁਸੀਂ ਤਗੜੇ ਹੋ ਜਾਓ ਬੱਚੇ ਹੋ ਅਸੀਂ ਤੁਹਾਡੇ ਨਾਲ ਵਾਂ ਵੀ ਜਾ ਕੇ ਇਸ ਯੁੱਧ ਨੂੰ ਆਪਾਂ ਜਿੱਤ ਕੇ ਆਉਣਾ ਵਾਂ ਤੁਸੀਂ ਪਿੱਛੇ ਦੀ ਖੇਤੀ ਦਾ ਫਿਕਰ ਨਾ ਕਰੋ ਆਪਾਂ ਵਾਪਸ ਆਉਣਾ ਜੀ ਬਿਲਕੁਲ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਜਿਵੇਂ ਜਿਹੜਾ ਇਹ ਰੋਸ ਪ੍ਰਦਰਸ਼ਨ ਹੈ ਇਹ ਸ਼ਾਂਤਮਈ ਢੰਗ ਨਾਲ ਹੀ ਚੱਲਦਾ ਰਹੇ ਅਤੇ ਇਸ ਨੂੰ ਜੰਗ ਦਾ ਮੈਦਾਨ ਨਾ ਬਣੇ ਅਤੇ ਨਾ ਹੀ ਬਣਾਇਆ ਜਾਵੇ ਅਸੀਂ ਤਾਂ ਕੋਈ ਨਹੀਂ ਗਏ ਪੰਜਾਬੀ ਕੌਮ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੀ ਕੌਮ ਆ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕੀਤਾ ਸਾਨੂੰ ਨਹੀਂ ਪਤਾ ਸੀ ਅਸੀਂ ਦਿੱਲੀ ਆ ਜਾਵਾਂਗੇ ਇਹ ਪ੍ਰਮਾਤਮਾ ਨੇ ਕੀਤਾ ਸਾਨੂੰ ਪਤਾ ਵੀ ਉਹਨਾਂ ਨੇ ਸਾਰਾ ਕੁਛ ਕਰਨਾ ਪ੍ਰਮਾਤਮਾ ਨੂੰ ਅਸੀਂ ਅਕਾਲ ਪੁਰਖ ਸਾਹਿਬ ਨੂੰ ਮੰਨਦੇ ਹਾਂ ਉਹਨਾਂ ਨੇ ਸਭ ਕੁਛ ਕੀਤਾ ਦਿੱਲੀ ਤੱਕ ਪਹੁੰਚੇ ਅਸੀਂ ਸਾਨੂੰ ਪ੍ਰਮਾਤਮਾ 'ਤੇ ਵਿਸ਼ਵਾਸ ਆ
ਵੀ ਅਸੀਂ ਜਿੱਤ ਕੇ ਜਾਵਾਂਗੇ ਇੱਥੋਂ ਤੱਕ ਲੈ ਆਏ ਆ। ਤੁਸੀਂ ਦੇਖਿਆ ਇੰਡੀਆ ਦੇ ਵਿੱਚ ਹੋਰ ਬਹੁਤ ਇਹਨਾਂ ਨੇ ਕਾਨੂੰਨ ਪਾਸ ਕੀਤੇ, ਹੋਰ ਕੌਮਾਂ ਦੇ ਨਾਲ ਕੀਤਾ, ਕਿਸੇ ਨੂੰ ਦਿੱਲੀ ਤੱਕ ਪਹੁੰਚ ਨਹੀਂ ਦਿੱਤਾ, ਉੱਥੇ ਹੀ ਦਬਾ ਲਿਆ। ਪਰ ਸਿੱਖ ਕੌਮ ਆ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੱਥੋਂ ਤੱਕ ਪਹੁੰਚੀ ਆ ਅਤੇ ਸਾਡੇ ਹੌਸਲੇ ਬੁਲੰਦ ਆ, ਮੋਰਚਾ ਅਸੀਂ ਫਤਿਹ ਕਰਕੇ ਹੀ ਜਾਵਾਂਗੇ। ਬਸ ਇੰਨੀ ਬੇਨਤੀ ਕਰਨਾ ਚਾਹੁੰਦਾ ਜੀ। ਬਹੁਤ ਬਹੁਤ ਬਿਲਕੁਲ, ਅਸੀਂ ਵੀ ਇਹੀ ਚਾਹੁੰਦੇ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ, ਨੌਵੇਂ ਗੁਰੂ ਨੇ ਸਾਡਿਆਂ ਨੇ ਕਸ਼ਮੀਰੀ ਪੰਡਤਾਂ ਦੇ ਰਾਈਟਸ ਵਾਸਤੇ ਆਪਣੀ ਜਾਨ, ਆਪਣਾ ਸੀਸ ਜੇ ਦੇ ਸਕਦੇ ਹੈ, ਅਤੇ ਜੇ ਸਾਡੇ ਨਾਲ ਕੋਈ ਪਿਆਰ ਨਾਲ ਗੱਲ ਕਰੇਗਾ, ਅਸੀਂ ਉਹਨਾਂ ਗੁਰੂਆਂ ਦੇ ਹੀ ਬੱਚੇ ਹੈ, ਤਾਂ ਕਿਉਂ ਨਹੀਂ ਅਸੀਂ ਸੁਣਾਂਗੇ। ਉਹਨਾਂ ਨੇ ਆਪਣਾ ਸ਼ਹੀਦ, ਆਪਣਾ ਸੀਸ ਇੱਥੇ ਆਪਣੇ ਆਪ ਨੂੰ ਸ਼ਹੀਦ ਕੀਤਾ ਦਿੱਲੀ ਦੇ ਵਿੱਚ ਚਾਂਦਨੀ ਚੌਂਕ 'ਚ, ਅਤੇ ਅਸੀਂ ਉਹਨਾਂ ਦੇ ਹੀ, ਅਸੀਂ ਉਹਨਾਂ ਦੇ ਬੱਚੇ ਹਾਂ। ਅਸੀਂ ਉਹਨਾਂ ਕਿਉਂ ਨਹੀਂ ਸਰਕਾਰਾਂ ਦੀਆਂ ਗੱਲਾਂ ਮੰਨਾਂਗੇ, ਸਾਨੂੰ ਕੋਈ ਗਲਤ ਤਾਂ ਕਰੇ। ਜੇ ਉਹ ਆਪਣੇ ਇੱਕ ਸਮਾਜ ਦੇ ਵਿੱਚ ਕਿਸੇ ਰਿਲੀਜਨ ਵਾਸਤੇ ਆਪਣੇ ਆਪ ਨੂੰ, ਆਪਣੇ ਸੀਸ ਨੂੰ ਸ਼ਹੀਦ ਕਰਾ ਸਕਦੇ, ਆਪਣੇ ਆਪ ਨੂੰ ਸ਼ਹੀਦੀ ਪ੍ਰਾਪਤ ਕਰ ਸਕਦੇ ਆ, ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ 'ਤੇ ਬੈਠ ਸਕਦੇ ਆ, ਅਸੀਂ ਉਹਨਾਂ ਦੇ ਹੀ ਬੱਚੇ ਹਾਂ, ਸਾਡੇ ਨਾਲ ਕੋਈ ਗਲਤ ਤਾਂ ਕਰੇ। ਸਾਡੀ ਕੌਮ ਤਾਂ ਜੀ ਇੱਦਾਂ ਦੀ ਆ, ਤੁਹਾਨੂੰ ਪਤਾ ਵੀ ਦੂਸਰੀ ਕੌਮ ਲਈ ਅਸੀਂ ਸ਼ਹੀਦੀਆਂ ਦਿੱਤੀਆਂ, ਹਿੰਦੂਆਂ ਨੂੰ ਲੋੜ ਪਈ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ, ਜਦੋਂ ਜਦੋਂ ਵੀ ਲੋੜ ਪਈ ਆ ਸਿੱਖਾਂ ਦੇ ਬੱਚੇ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਆਪਣੇ ਬੱਚੇ ਸ਼ਹੀਦ ਕਰਾਏ, ਤੁਹਾਨੂੰ ਪਤਾ। ਹੁਣ ਅਸੀਂ ਵੀ ਸਿੱਖਾਂ ਦੇ ਬੱਚਿਆਂ ਸ਼ਹੀਦ ਹੋਣ ਲਈ ਤਿਆਰ ਹਾਂ, ਸਾਨੂੰ ਕੋਈ ਨਹੀਂ ਗਾ, ਅਸੀਂ ਬਸ ਜਿਉਣਾ ਚਾਹੁੰਦੇ ਹਾਂ ਅਤੇ ਅਣਖ ਦੇ ਨਾਲ, ਸਹੀ ਸਿੱਖਾਂ ਦੇ ਨਾਲ, ਮਿਲਵਰਤਨ ਦੇ ਨਾਲ, ਇਨਸਾਨੀਅਤ ਦੇ ਨਾਲ, ਹੋਰ ਸਾਡਾ ਕੋਈ ਨਹੀਂ ਆ ਕਿਸੇ ਨਾਲ। ਸਾਨੂੰ ਬਸ ਜਿੱਤ ਚਾਹੀਦੀ ਆ, ਉਹ ਵੀ ਜਿੱਤ ਇਸ ਲਈ ਚਾਹੀਦੀ ਆ ਕਿਉਂਕਿ ਕਿਸਾਨੀ ਸਾਡਾ, ਰੋਟੀ ਸਾਨੂੰ ਮਿਲੇ ਤਾਂ ਫੇਰ ਹੀ ਆ, ਜੇ ਸਾਡੇ ਰੋਟੀ ਸਾਡੇ ਖੇਤ ਹੀ ਖੋਲ੍ਹੇ ਅਸੀਂ ਰੋਟੀ ਕਿੱਥੋਂ ਖਾਵਾਂਗੇ, ਫਿਰ ਇਹੋ ਜਿਹੇ ਜਾਣ ਨਾਲ ਤਾਂ ਅਸੀਂ ਮਰੇ ਚੰਗੇ ਆ। ਠੀਕ ਆ, ਵਕੀਲ ਕਿਸਾਨਾਂ ਦੇ ਨਾਲ ਹੈ, ਵਕੀਲ ਕਿਸਾਨ ਏਕਤਾ ਜ਼ਿੰਦਾਬਾਦ ਕਹਿਣਾ ਚਾਹੁੰਦੀ ਆ ਇੱਕ ਵਾਰੀ। ਇਹ ਸਾਰ ਜੇ ਹੋਰ ਲੇਡੀਜ਼ ਇੱਥੇ ਨਹੀਂ ਆ ਸਕਦੀਆਂ, ਉਹ ਸਾਰਿਆਂ ਦੇ ਮਨ 'ਚ ਕੋਈ ਗੱਲਾਂ ਹੈ, ਉਹ ਨਹੀਂ ਆ ਸਕਦੀਆਂ, ਦੈਟ ਇਜ਼ ਅ ਡਿਫਰੈਂਟ ਥਿੰਗ, ਬਟ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਆ। ਪਰ ਸਾਰੀਆਂ ਸਾਰੇ ਹਿੰਦੁਸਤਾਨ ਦੀਆਂ ਫੀਮੇਲ ਸਾਰੇ ਅਸੀਂ ਇਸ ਅੰਦੋਲਨ ਨੂੰ ਚਾਹੁੰਦੇ ਹਾਂ ਕਿ ਛੇਤੀ ਤੋਂ ਛੇਤੀ ਖਤਮ ਹੋਵੇ, ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਜੀ ਬਿਲਕੁਲ, ਅਸੀਂ ਵੀ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਆ ਇੱਥੇ ਬੈਠੇ ਕਿਸਾਨਾਂ ਦੇ ਨਾਲ ਆ ਕੇ ਮਿਲ ਕੇ ਗੱਲਬਾਤ ਕਰੇ, ਤਾਂ ਜੋ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ, ਕਿਸਾਨ ਵੀ ਆਪਣੇ ਘਰ ਵਾਪਸ ਜਾ ਕੇ ਆਪਣਾ ਕੰਮ ਕਾਰਨ ਸੰਭਾਲਣ, ਅਤੇ ਦਿੱਲੀ ਸਰਕਾਰ ਵੀ ਇੱਥੇ ਵਧੀਆ ਤਰੀਕੇ ਨਾਲ ਕੰਮ ਕਰਦੀ ਰਹੇ। ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਇੱਥੇ ਮੇਨ ਰੋਡ ਦੇ ਉੱਤੇ ਕਿਵੇਂ ਚੱਕਾ ਜਾਮ ਹੋ ਰੱਖਿਆ ਹੋਇਆ, ਪਰ ਫਿਰ ਵੀ ਇੱਥੇ ਕੋਈ ਦੰਗਾ ਫਸਾਦ ਨਹੀਂ ਹੈ। ਜਿਹੜਾ ਰੋਸ ਪ੍ਰਦਰਸ਼ਨ ਹੈ ਬੜੇ ਆਰਾਮ ਨਾਲ ਇਹ ਚੱਲ ਰਿਹਾ। ਇੱਥੋਂ ਦੇ ਲੋਕਾਂ ਦੀ ਇਹ ਖਾਸੀਅਤ ਹੈ ਕਿ ਇੰਨੇ ਚੱਕਾ ਜਾਮ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਹੈ ਆਰਾਮ ਦੇ ਨਾਲ ਸੜਕ ਨੂੰ ਇੱਕ ਦੂਸਰੇ ਨੂੰ ਕ੍ਰੋਸਿੰਗ ਕਰਵਾ ਰਹੇ ਨੇ, ਕੋਈ ਵੀ ਇੱਕ ਦੂਜੇ ਨਾਲ ਲੜਾਈ ਝਗੜੇ ਜਾਂ ਕੁਛ ਵੀ ਨਹੀਂ ਕਰ ਰਹੇ ਹੈ। ਆਓ ਦੇਖਦੇ ਹਾਂ ਕਿ ਅਸੀਂ ਕਿੰਨਾ ਜ਼ਿਆਦਾ ਇੱਥੇ ਚੱਕਾ ਜਾਮ ਲਗਾਤਾਰ ਹੀ ਹੋ ਰਿਹਾ, ਇੰਨੀ ਜ਼ਿਆਦਾ ਭੀੜ ਭੜੱਕਾ ਹੈ, ਪਰ ਫਿਰ ਵੀ ਜਿਵੇਂ ਅਸੀਂ ਆਮ ਸੁਣਨ ਨੂੰ ਗੱਲਾਂ ਮਿਲਦੀਆਂ ਨੇ ਕਿ ਕੋਈ ਵੀ ਰੋਡ ਦੇ ਉੱਪਰ ਕੁਛ ਵੀ ਕਿਸੇ ਕਿਸਮ ਦਾ ਕੋਈ ਟ੍ਰੈਫਿਕ ਹੁੰਦਾ ਤਾਂ ਉੱਥੇ ਲੜਾਈ ਝਗੜਾ ਸ਼ੁਰੂ ਹੋ ਜਾਂਦਾ, ਬਟ ਲਗਾਤਾਰ ਇੱਥੇ ਚੱਕਾ ਜਾਮ ਹੈ। ਪੰਜਾਬੀਆਂ ਦੀ ਇਹੋ ਖਾਸੀਅਤ ਹੈ ਕਿ ਰੋਸ ਪ੍ਰਦਰਸ਼ਨ ਦੇ ਵਿੱਚ ਇੰਨਾ ਭੀੜ ਭੜੱਕੇ ਦੇ ਵਿੱਚ ਚੱਕੇ ਜਾਮ ਵਿੱਚ ਵੀ ਕੋਈ ਵੀ ਕਿਸੇ ਕਿਸਮ ਦਾ ਕੋਈ ਦੰਗਾ ਫਸਾਦ ਨਹੀਂ ਹੈ, ਆਰਾਮ ਦੇ ਨਾਲ ਹੀ ਲੋਕ ਇੱਥੇ ਇੱਕ ਦੂਸਰੇ ਨੂੰ ਹੈਲਪ ਕਰ ਰਹੇ ਨੇ, ਸਪੋਰਟ ਕਰ ਰਹੇ ਨੇ ਤੇ ਸੜਕਾਂ ਕ੍ਰੋਸ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਸਰ ਤੁਹਾਡਾ? ਜਸਵੰਤ ਸਿੰਘ ਜੀ। ਕਿੱਥੋਂ ਆਏ ਤੁਸੀਂ? ਸਰ ਅਸੀਂ ਪਟਿਆਲੇ ਤੋਂ, ਡਿਸਟ੍ਰਿਕਟ ਪਟਿਆਲਾ ਜੀ। ਓਕੇ, ਤੁਹਾਡੀ ਗੱਡੀ ਜਾ ਕੇ ਪੁਲਿਸ ਲਿਖਿਆ ਕਿ ਤੁਸੀਂ ਪੁਲਿਸ ਡਿਪਾਰਟਮੈਂਟ ਵਿੱਚ? ਨਹੀਂ ਸਰ, ਕਿਸੇ ਮੰਗ ਕੇ ਲਿਆ ਗੱਡੀ ਜੀ। ਓਕੇ ਓਕੇ ਜੀ। ਦੇਖੋ ਕਿੰਨੀ ਖਾਸ ਗੱਲ ਹੈ ਕਿ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਸੇ ਤੋਂ ਗੱਡੀ ਮੰਗ ਕੇ ਲੈ ਕੇ ਆਏ ਨੇ, ਤੁਹਾਡਾ ਇਸ ਪ੍ਰਦਰਸ਼ਨ ਦੇ ਬਾਰੇ ਕੀ ਕਹਿਣਾ ਹੈ? ਅਸੀਂ ਸਕਸੈਸਫੁਲ ਕਰ ਰਹੇ ਜੀ। ਅਸੀਂ ਸਕਸੈਸਫੁਲ ਹੋਵੇ ਰੋਸ? ਹਾਂ ਜੀ, ਹਾਂ ਜੀ ਜੀ ਬਿਲਕੁਲ। ਸਾਡੀ ਵੀ ਇਹੀ ਗੁਜ਼ਾਰਿਸ਼ ਹੈ ਕਿ ਜਿਹੜਾ ਰੋਸ ਪ੍ਰਦਰਸ਼ਨ ਹੈ ਜਲਦੀ ਤੋਂ ਜਲਦੀ ਖਤਮ ਹੋਵੇ, ਤਾਂ ਜੋ ਸਾਰੇ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲੇ। ਓਕੇ ਜੀ। ਸਾਰੇ ਆਏ ਆ ਸਾਡੇ ਜਲੰਧਰ ਤੋਂ ਜੀ। ਜਲੰਧਰ
ਜਲੰਧਰ ਤੋਂ। ਠੀਕ ਹੈ ਜੀ, ਇਸ ਰੋਸ ਪ੍ਰਦਰਸ਼ਨ ਦੇ ਬਾਰੇ ਵਿੱਚ ਤੁਹਾਡਾ ਕੀ ਵਿਚਾਰ ਹੈ? ਇਹ ਰੋਸ ਪ੍ਰਦਰਸ਼ਨ ਬਿਲਕੁਲ ਧੱਕਾ ਕਰ ਰਹੀ ਹੈ ਗੌਰਮੈਂਟ ਕੇਂਦਰ ਸਰਕਾਰ, ਜਾਇਜ਼ ਮੰਗਾਂ ਅਤੇ ਜਾਇਜ਼ ਮੰਗਾਂ ਵਾਸਤੇ ਇੰਨੀ ਹਾਲਤ ਵਿੱਚ ਬਜ਼ੁਰਗ ਮਾਤਾਵਾਂ, ਛੋਟੇ ਛੋਟੇ ਬੱਚੇ, ਇਹਨਾਂ ਨੂੰ 3 ਮਹੀਨੇ ਤੋਂ ਵਕਤ ਨੂੰ ਪਾਇਆ ਇਹਨਾਂ ਨੇ, ਹੈ ਸਰਕਾਰ ਨੇ, ਅਤੇ ਇਹਨਾਂ ਦੇ ਹੱਕਾਂ 'ਤੇ ਗੱਲ ਸੁਣਨੀ ਚਾਹੀਦੀ, ਇੰਨੀ ਅੜੀ ਨਹੀਂ ਚਾਹੀਦੀ। ਸਰਕਾਰ ਜਿਹੜੀ ਆ ਲੋਕਾਂ ਵਾਸਤੇ ਹੁੰਦੀ ਆ, ਲੋਕਾਂ ਦੀ ਚੁਣੀ ਹੁੰਦੀ ਆ, ਲੋਕਾਂ ਦੇ ਦੁੱਖ ਸੁੱਖ ਨੂੰ ਸਮਝਣਾ ਸਰਕਾਰ ਦਾ ਪਹਿਲਾ ਫਰਜ਼ ਹੁੰਦਾ। ਹਾਂਜੀ, ਅਸੀਂ ਵੀ ਦੇਖ ਸਕਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਆਪ ਸਰਕਾਰ ਚੁਣ ਕੇ ਬਣਾਈ ਹੈ, ਅੱਜ ਉਸੇ ਸਰਕਾਰ ਨੇ ਇਹਨਾਂ ਦੀ ਜ਼ਮੀਨਾਂ ਨੂੰ ਜਿਹੜੀ ਹੈ ਖੋਣ ਦੀ ਗੱਲ ਕਰ ਰਹੀ ਹੈ। ਰੋਟੀ ਰੋਜ਼ੀ ਤੋਂ ਬੇਰੁਜ਼ਗਾਰ ਹੋ ਕੇ ਜਿਹੜੇ ਕਿਸਾਨ ਇੱਥੇ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ, ਈਵਨ ਔਰਤਾਂ ਇੰਨੀ ਛੋਟੇ ਛੋਟੇ ਬੱਚੇ ਵੀ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ ਨੇ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਸਰਕਾਰ ਇਸ ਬਿੱਲ ਦੇ ਵਿੱਚ ਕੁਝ ਚੇਂਜ ਲਿਆ ਰਹੀ ਹੈ ਜਿਹੜੇ ਕਿ ਕਿਸਾਨਾਂ ਦੇ ਵੀ ਹਿੱਤ ਵਿੱਚ ਨੇ, ਅਤੇ ਕਿਸਾਨਾਂ ਨੂੰ ਆਪਣੀ ਜਿੱਦ ਨੂੰ ਥੋੜ੍ਹਾ ਜਿਹਾ ਛੱਡ ਕੇ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ, ਕਿਸਾਨ ਵੀ ਆਪਣੇ ਘਰ ਜਾ ਕੇ ਪਰਤ ਕੇ ਕੰਮ ਕਰ ਸਕਣ, ਅਤੇ ਦਿੱਲੀ ਸਰਕਾਰ ਵੀ ਆਪਣੇ ਜਿਹੜੇ ਹੋਰ ਜਿਹੜੇ ਇਹਨਾਂ ਬਿੱਲ ਲਿਆਉਂਦੇ ਆ ਉਹਨਾਂ 'ਚ ਸਾਰੇ ਨੁਕਸ ਹੀ ਨੁਕਸ ਹੈਗੇ, ਅਤੇ ਇਹਨਾਂ ਨੂੰ ਜੋ ਡੱਬਾ ਜਿਹੜਾ ਡੱਬਾ ਸੁੱਟ ਦਿਓ, ਕੀ ਲੋੜ ਬਦਲਣ 'ਚ ਇਹਨਾਂ ਨੂੰ, ਇੰਨੀ ਈਗੋ ਕਿਉਂ ਆ? ਇਹ ਵੀ ਲੋਕ ਆ, ਜਿਹੜਾ ਬਾਦਸ਼ਾਹ ਉਹ ਪਿਤਾ ਸਮਾਨ ਹੁੰਦਾ ਪਰਜਾ ਦੇ, ਅਤੇ ਆ 3 ਮਹੀਨਿਆਂ ਤੋਂ ਲੋਕ ਇੰਨਾ ਦੁੱਖ ਚੱਲ ਰਹੇ ਆ, ਇਹ ਕਾਹਦੇ ਵਾਸਤੇ ਸਰਕਾਰਾਂ ਇਹਨਾਂ ਨੂੰ ਕੀ ਕਿਉਂ ਨਹੀਂ ਬਦਲ ਸਕਦੇ, ਕਾਨੂੰਨ ਬਦਲ ਲੈਣ, ਨਵਾਂ ਬਣਾ ਲੈਣ ਕਾਨੂੰਨ ਜਿਹਦੇ ਵਿੱਚ ਜੋ ਗੱਲਾਂ ਇਹ ਕਿਸਾਨ ਕਹਿੰਦੇ ਆ ਉਹ ਮੰਗਾਂ ਮੰਨੀਆਂ ਜਾਣ, ਉਹਨਾਂ 2-3 ਮਾਨੀਆਂ ਡਾਨੀਆਂ ਦਾ ਫਿਕਰ ਵਾ, ਆਹ ਲੱਖਾਂ ਲੋਕ ਜਿਹੜੇ ਤੜਫ ਰਹੇ ਆ, ਕਿੰਨੇ ਕਿੰਨੇ ਜਾਨਾਂ ਦੇ ਗਏ ਆਪਣੀਆਂ। ਜੀ ਬਿਲਕੁਲ, ਇਹ ਰੋਸ ਪ੍ਰਦਰਸ਼ਨ ਦੇ ਵਿੱਚ ਜਿਵੇਂ ਕਿੰਨੇ ਲੋਕ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਨੇ, ਬਟ ਸਟਿਲ ਇਹਨਾਂ ਨੇ ਮੌਜੂਦਾ ਸਰਕਾਰ ਪੀਐਮ ਸਾਹਿਬ ਨੂੰ ਬਾਦਸ਼ਾਹ ਦਾ ਨਾਮ ਦਿੱਤਾ ਹੈ ਕਿ ਉਹ ਬਾਦਸ਼ਾਹ ਨੇ, ਪਰ ਫਿਰ ਵੀ ਉਹਨਾਂ ਨੂੰ ਆਪਣੀ ਜਿਹੜੀ ਪ੍ਰਜਾ ਦਾ ਬਿਲਕੁਲ ਵੀ ਖਿਆਲ ਨਹੀਂ ਹੈ। ਸੋ ਅਸੀਂ, ਸਾਡੀ ਵੀ ਇਹੀ ਗੁਜ਼ਾਰਿਸ਼ ਹੈ ਕਿ ਬਾਦਲ ਸੋਰੀ ਪੀਐਮ ਜਿਹੜੇ ਹੈਗੇ ਨਰਿੰਦਰ ਮੋਦੀ ਜੀ ਅਤੇ ਬਾਦਲ ਸਾਹਿਬ ਜਿਹੜੇ ਪੰਜਾਬ ਦੇ ਨੇ, ਉਹਨਾਂ ਨੇ ਵੀ ਆ ਕੇ ਇੱਕ ਵਾਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਇੱਥੇ ਨਹੀਂ ਖੜੇ ਹੋਏ। ਬਸ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਜਿਹੜੀ ਬੀਬਾ ਹਰਸਿਮਰਤ ਕੌਰ ਜੀ ਨੇ, ਉਹਨਾਂ ਨੇ ਸਿਰਫ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਇਹ ਅਸਤੀਫਾ ਦੇ ਕੇ ਕੀ ਉਹਨਾਂ ਨੇ ਕਿਸਾਨਾਂ ਦੇ ਦਿਲ 'ਚ ਜਗ੍ਹਾ ਬਣਾਈ ਹੈ, ਜਾਂ ਫਿਰ ਉਹਨਾਂ ਦੀ ਇੱਕ ਸਿਆਸਤ ਸੀ ਕਿ ਬਿੱਲ ਹੁਣ ਕੈਂਸਲ ਨਹੀਂ ਹੋਣਾ ਅਤੇ ਮੈਂ ਅਸਤੀਫਾ ਦੇ ਕੇ ਕਿਤੇ ਨਾ ਕਿਤੇ ਆਉਣ ਵਾਲੀ ਸਰਕਾਰ ਦੇ ਵਿੱਚ ਫਿਰ ਸ਼ਾਇਦ ਮੈਂ ਹਿੱਸਾ ਲੈ ਸਕਾਂ? ਉਹ ਤੇ ਜੀ ਜਿੰਨੀਆਂ ਵੀ ਪਾਰਟੀਆਂ ਨਾ, ਸਾਰੀਆਂ ਪਾਰਟੀਆਂ ਉਹਨਾਂ ਦੀ ਮਜਬੂਰੀ ਬਣੀ ਪਈ ਆ, ਕਿਸਾਨਾਂ ਨੇ ਮਜਬੂਰ ਕਰ ਦਿੱਤਾ, ਜੇ ਉਹ ਨਹੀਂ ਇੰਨਾ ਕੁਝ ਕਰਦੇ ਤਾਂ ਉਹ ਮਤਲਬ ਲੋਕਾਂ 'ਚ ਕਿਵੇਂ ਜਾਣਗੇ? ਆਪਣੀਆਂ ਵੋਟਾਂ ਦੀ ਖਾਤਰ 2022 ਜਿਹੜਾ ਉਹਨੂੰ ਵੇਖ ਕੇ ਉਹਨਾਂ ਨੂੰ ਕਰਨਾ ਪੈਂਦਾ। ਪਰ ਫਿਰ ਵੀ ਮੈਂ ਸਮਝਦਾ ਵੀ ਸਾਰੇ ਪਾਰਟੀਆਂ ਭਾਵੇਂ ਮਜਬੂਰੀ ਕਰਕੇ ਹੀ ਸਾਰੇ ਸਾਥ ਦੇ ਰਹੀਆਂ, ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਕਿੰਨੇ ਲੋਕਾਂ ਨੇ ਅਵਾਰਡ ਵਾਪਸ ਕਰਤੇ, ਖਿਡਾਰੀਆਂ ਨੇ ਕਰਤੇ, ਬੁੱਧੀਜੀਵੀਆਂ ਨੇ ਕਰਤੇ, ਸਾਹਿਤਕਾਰਾਂ ਨੇ ਕਰਤੇ, ਬਾਦਲ ਨੇ ਵੀ ਕੀਤਾ, ਢੀਂਡਸਾ ਸਾਹਿਬ ਨੇ ਕੀਤਾ, ਹੋਰ ਵੀ ਲੋਕ ਕਰ ਰਹੇ ਆ। ਸੋ ਇਹ ਸਾਰਾ ਕੁਝ ਵੇਖ ਕੇ ਸਰਕਾਰ ਨੂੰ, ਹਕੂਮਤ ਨੂੰ ਬਦਲ ਜਾਣਾ ਚਾਹੀਦਾ, ਇੰਨੀ ਅੜੀ ਜਿਹੜੀ ਇੰਨੀ ਜਿੱਦ ਜਿਹੜੀ ਹੈ ਇੱਕ ਬਾਦਸ਼ਾਹ ਵਾਸਤੇ ਚੰਗੀ ਨਹੀਂ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੀ ਜਿੱਦ ਨੂੰ ਛੱਡ ਦੇਣਾ ਚਾਹੀਦਾ, ਇੰਨੀ ਵੀ ਜਿੱਦ ਚੰਗੀ ਨਹੀਂ ਹੁੰਦੀ ਆ। ਇਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੂੰ ਸਿਰਫ ਅੰਬਾਨੀ ਤੇ ਅੰਦਾਨੀ ਦਾ ਫਿਕਰ ਹੈ, ਬਟ ਇੱਥੇ ਬੈਠੇ ਪ੍ਰਦਰਸ਼ਨ ਦੇ ਵਿੱਚ ਲੱਖਾਂ ਲੋਕਾਂ ਦਾ ਉਹਨਾਂ ਨੂੰ ਕੋਈ ਵੀ ਫਿਕਰ ਨਹੀਂ ਹੈ। ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੀ ਵੀ ਇਹੀ ਗੁਜ਼ਾਰਿਸ਼ ਹੈ, ਅਸੀਂ ਜਿਹੜੀ ਤੁਹਾਡੀ ਆਵਾਜ਼ ਹੈ ਡਾਇਰੈਕਟ ਮੀਡੀਆ ਉੱਥੇ ਪੀਐਮ ਸਰਕਾਰ ਤੱਕ ਪਹੁੰਚਾਵਾਂਗੇ। ਗੁਰਮੁਖ ਸਿੰਘ ਐਮਏ ਕਵੀਸ਼ਰ ਜਿਹਾ ਇਹਨਾਂ ਦਾ 2-4 ਲਫ਼ਜ਼ ਵੀ ਕਰਤਾ ਦੇ ਵੀ ਸੁਣ ਕਰਨੇ ਤੇ ਕਹਿ ਲੈਣੇ। ਹਾਂਜੀ, ਆਹੀ ਮੋਦੀ ਜੀ ਨੂੰ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਮੋਦੀ ਨੂੰ ਇੱਕ ਚਿੱਠੀ ਵੀ ਲਿਖੀ ਆ ਕਵਿਤਾ ਦੇ ਰੂਪ ਵਿੱਚ, ਅਤੇ ਉਹਦਾ ਕੁਝ ਬੰਦ ਜਿਹੜੇ ਆ ਉਹ ਤੁਹਾਡੇ ਸਾਨੂੰ ਪੇਸ਼ ਕਰਨੇ ਆ, ਕਿਉਂਕਿ ਇਹ ਉਹਦੇ ਵਿੱਚ ਦਲੀਲਾਂ ਦੇ ਨਾਲ ਗੱਲ ਕੀਤੀ ਆ ਵੀ ਇੱਕ ਪਾਸੇ ਹਿੰਦੁਸਤਾਨ ਗਰੀਬ ਦੇਸ਼ ਆ,
ਤੇ 518 ਕਰੋੜ ਰੁਪਈਆ ਇਹਨੇ ਬਾਹਰ ਵਿਦੇਸ਼ਾਂ ਦੀ ਸੈਰ ਕੀਤੀ ਆ ਸਾਡੇ ਪ੍ਰਧਾਨ ਮੰਤਰੀ ਨੇ, ਤੇ ਸਾਡੇ ਜਿਹੜੇ ਜਿਹੜੇ ਸੰਬੰਧ ਆ ਵਿਦੇਸ਼ਾਂ ਦੇ ਨਾਲ, ਚੀਨ ਨਾਲ ਸਾਡੇ ਸੰਬੰਧ ਕਿਹੋ ਜਿਹੇ ਵੀ ਆਪਾਂ ਨੂੰ ਪਤਾ, ਪਾਕਿਸਤਾਨ ਦੇ ਨਾਲ ਤਾਂ ਸ਼ੁਰੂ ਤੋਂ ਹੈਗਾ ਹੈ ਜੋ ਕੁਝ, ਛੋਟੇ ਛੋਟੇ ਦੇਸ਼ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਉਹਨਾਂ ਨਾਲ ਵੀ ਸਾਡੇ ਸੰਬੰਧ ਕੋਈ ਬਹੁਤ ਸਿਖਾਵੇ ਨੇ, ਕੀ ਫਾਇਦਾ ਇਹੋ ਆਪਣਾ ਰਿਕਾਰਡ ਬਣਾਉਣ 'ਤੇ ਤੁਲਿਆ ਵੀ ਮੈਂ ਇੰਨੇ ਦੇਸ਼ਾਂ ਦੀ ਸੈਰ ਕੀਤੀ ਹੈ। ਗਰੀਬ ਦੇਸ਼ ਦਾ ਇੰਨਾ ਪੈਸਾ ਉਹ ਫਾਲਤੂ ਗਵਾ ਛੱਡਿਆ, ਹੁਣ ਆ ਸੰਸਦ ਸ਼ੁਰੂ ਕਰਤੀ ਆ, ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਸੀ, ਇਹ ਵੀ ਗਰੀਬਾਂ ਦਾ ਸਾਡਾ ਟੈਕਸਾਂ ਦਾ ਪੈਸਾ, ਇਸ ਪਾਸੇ ਸਾਰਾ ਲਟਾਈ ਚੱਲੋ ਜੀ। ਬਿਲਕੁਲ, ਮੈਂ ਸਰ ਤੁਹਾਨੂੰ ਪੁੱਛਣਾ ਚਾਹੂੰਗੀ ਆਰਟੀਕਲ 370-35A ਉਸ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ, ਜਿਵੇਂ ਸਰਕਾਰ ਨੇ ਉਹ ਵੀ ਜਿਹੜਾ ਬਿੱਲ ਪਾਸ ਕੀਤਾ ਸੀ ਬਟ ਲੋਕਾਂ ਦਾ ਇੰਨਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਉਹ ਬਿੱਲ ਨੂੰ ਕੈਂਸਲ ਨਹੀਂ ਕੀਤਾ ਗਿਆ, ਸੋ ਤੁਹਾਨੂੰ ਕੀ ਲੱਗਦਾ ਕਿ ਇੱਥੇ ਜਿੰਨਾ ਮਰਜ਼ੀ ਰੋਸ ਪ੍ਰਦਰਸ਼ਨ ਹੋਵੇ ਕਿ ਸਰਕਾਰ ਇਹ ਬਿੱਲ ਕੈਂਸਲ ਕਰੇਗੀ ਜਾਂ ਨਹੀਂ ਕਰੇਗੀ, ਜਾਂ ਫਿਰ ਕਸ਼ਮੀਰ ਦੇ ਲੋਕਾਂ ਵਾਂਗੂ ਤੁਸੀਂ ਪੰਜਾਬੀ ਵੀ ਫਿਰ ਬਾਅਦ ਵਿੱਚ ਥੱਕ ਹਾਰ ਕੇ ਬੈਠ ਜਾਓਗੇ? ਇਹ ਪੰਜਾਬੀ ਨਹੀਂ ਪਿੱਛੇ ਹਟਦੇ, ਇਹ ਕੋਈ ਇਹ ਫੈਸਲਾ ਕਰਕੇ ਜਾਣਗੇ, ਇਹ ਮਰਨ ਮਾਰਨ ਦੀ ਧਾਰ ਕੇ ਜਾਂ ਮਰਨਗੇ ਅਤੇ ਜਾਂ ਫਿਰ ਆਪਣਾ ਇਹ ਹੱਕ ਲੈ ਕੇ ਜਾਣਗੇ। ਇਹ ਪਹਿਲੀ ਵਾਰ ਵਾਹ ਪਿਆ ਦਾ ਅਜੇ ਤੱਕ ਮੋਦੀ ਹੈ ਤੋਂ ਮੁਮਕਿਨ ਹੈ, ਇਹਦੇ ਸਾਹਮਣੇ ਕੋਈ ਬੋਲਿਆ ਨਹੀਂ। ਜਿਹੜਾ ਮੋਦੀ ਮੀਡੀਆ ਗੋਦੀ ਮੀਡੀਆ ਇਹਦਾ ਜ਼ਿਆਦਾ ਦਿਮਾਗ ਉਹਨੇ ਖਰਾਬ ਕੀਤਾ, ਪਹਿਲੀ ਵਾਰ ਕਿਸੇ ਨਾਲ ਇਹਦਾ ਵਾਹ ਪਿਆ, ਇਹ ਕੌਮ ਐਸੀ ਆ ਇਹ ਆਪਣੇ ਹੱਕ ਲੈ ਕੇ ਜਾਵੇਗੀ। ਪਹਿਲਾਂ ਕਿੰਨਾ ਕੁਝ ਕੀਤਾ, ਕਦੀ ਨੋਟਬੰਦੀ ਨਾ ਮਾਰਤਾ, ਕਦੀ GST ਲਾ ਕੇ ਸਾਡੇ ਸੂਬਿਆਂ ਦੇ ਹੱਕ ਖੋਲੇ, ਸਾਰਾ ਕੁਝ ਆਪਣੇ ਕੇਂਦਰ ਆਪਣੇ ਹੱਥਾਂ ਵਿੱਚ ਲੈ ਰਿਹਾ। ਹੁਣ ਬਿਜਲੀ ਜਿਹੜਾ ਫ੍ਰੀ ਬਿਜਲੀ ਹੈ ਇਹ ਵੀ ਕਹਿੰਦੇ ਅਸੀਂ ਕਰਾਂਗੇ, ਸਾਰਾ ਕੁਝ ਖੋ ਕੇ ਸਾਡੇ ਕੋਲ ਇਹਨੂੰ ਚਿੱਠੀ ਲਿਖੀ ਆ, ਹਾਲਤ ਦੂਜੇ ਵਿਗੜ ਗਿਆ ਅਤੇ ਇਹਦਾ ਜ਼ਿੰਮੇਵਾਰ ਤੂੰ ਹੈ, ਉਹਦੇ ਬੋਲ ਮੇਰੇ ਨਾਲ ਦੇ ਸਾਥੀਆਂ ਕੋਲ ਸਰਵਣ ਕਰੋ ਜੀ। ਬਿਲਕੁਲ, ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਜੀਓ ਦੇ ਸਿਮ ਆਉਣ ਦੇ ਨਾਲ ਅੱਜ BSNL ਦੀ ਕੋਈ ਵੀ ਜਗ੍ਹਾ ਨਹੀਂ ਹੈ, ਉਸਦਾ ਕੋਈ ਥਾਂ ਟਿਕਾਣਾ ਨਹੀਂ, ਕਿਤੇ ਵੀ BSNL ਦੀ ਕੋਈ ਪੁੱਛ ਗਿੱਛ ਨਹੀਂ ਹੈ, ਸੋ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਬਿੱਲ ਪਾਸ ਹੋਏਗਾ, ਠੀਕ ਹੈ, ਅਤੇ ਹਾਂਜੀ ਅਤੇ ਜਿਵੇਂ ਬਿੱਲ ਪਾਸ ਹੋਏਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੀ ਫਸਲਾਂ ਦੀ ਕੋਈ ਜਗ੍ਹਾ ਨਹੀਂ ਰਹੇਗੀ? ਉਹਦੇ ਵਿੱਚ ਸਾਰੀ ਗੱਲ ਕਰਦੇ ਹਾਂ, ਕਵਿਤਾ ਤੁਹਾਨੂੰ ਸੁਣਾਉਂਦੇ ਹਾਂ ਜੀ। ਬਿਲਕੁਲ, ਤੁਸੀਂ ਬੇਤੜਕ ਹੋ ਕੇ ਸੁਣਾਓ, ਸਾਡਾ ਜਿਹੜਾ ਚੈਨਲ ਹੈ ਇਹ ਡਾਇਰੈਕਟ ਤੁਹਾਡੀ ਆਵਾਜ਼ ਉੱਪਰ ਤੱਕ ਜਾਏਗੀ, ਇਸ ਦੇ ਵਿੱਚ ਕੋਈ ਹੇਰ ਫੇਰ ਨਹੀਂ, ਕੋਈ ਕਟਿੰਗ ਐਡੀਟਿੰਗ ਕੁਛ ਨਹੀਂ ਹੋਏਗਾ, ਜੋ ਤੁਸੀਂ ਬੋਲੋਗੇ ਉਹੀ ਡਾਇਰੈਕਟ ਉੱਥੇ ਅੱਗੇ ਪੇਸ਼ ਕੀਤਾ ਜਾਏਗਾ। ਗੱਲ ਸੁਣ ਦਿੱਲੀ ਦੇ ਬਾਦਸ਼ਾਹ, ਤੈਨੂੰ ਸੱਚ ਕਵੀਸ਼ਰ ਕਹਿਣ, ਤੇਰੇ ਭਾਸ਼ਣ ਲਛੇਦਾਰ ਜੋ, ਭਾਸ਼ਣ ਲਛੇਦਾਰ ਜੋ ਨਾ ਫਿੱਟ ਕਿਸੇ ਦੇ ਬੈਣਾ, ਢਿੱਡ ਭਰਦਾ ਗੱਪਾਂ ਨਾੜਨਾ, ਢਿੱਡ ਭਰਦਾ ਗੱਪਾਂ ਨਾੜਨਾ, ਨਿੱਤ ਝੂਠ ਨਹੀਂ ਹੁੰਦਾ ਸਹਿਣਾ, ਪੂੰਜੀਪਤੀਆਂ ਦਾ ਬਣ ਯਾਰ ਤੂੰ, ਪੂੰਜੀਪਤੀਆਂ ਦਾ ਬਣ ਯਾਰ ਤੂੰ, ਖੁਸ਼ ਰੱਖੇ ਬਿਜਨਸ ਮੈਨ, ਪਹਿਲਾਂ ਨੋਟ ਬੰਦੀ ਨਾਲ ਮਾਰ ਕੇ, ਨੋਟ ਬੰਦੀ ਨਾਲ ਮਾਰ ਕੇ ਲੁੱਟੇ ਕਿਰਤੀਆਂ ਦੇ ਤੂੰ ਚੈਨ, ਫਿਰ GST ਲਈ ਚਾਦਰਾਂ, GST ਲਈ ਚਾਦਰਾਂ, ਤੂੰ ਰਾਜਾਂ ਦੇ ਹੱਕ ਖੋ ਕੇ, ਰਾਜਾਂ ਦੇ ਹੱਕ ਖੋ ਕੇ ਲੱਗੋ ਨਾਲ ਗਰੀਬਾਂ ਕਹਿਣਾ, ਹਿੰਦੂ ਰਾਜ ਦਾ ਲੰਬਰਦਾਰ ਤੂੰ, ਹਿੰਦੂ ਰਾਜ ਦਾ ਲੰਬਰਦਾਰ ਤੂੰ, ਤੇਰੇ ਹੋ ਗਏ ਯਾਰ ਬਲਾਨਾ, ਤੂੰ ਯਾਰ ਮਿੱਠੇ ਵਿੱਚ ਘੋਲ ਕੇ, ਯਾਰ ਮਿੱਠੇ ਵਿੱਚ ਘੋਲ ਕੇ, ਹੋ
ਤੂੰ ਯਾਰ ਮਿੱਠੇ ਵਿੱਚ ਖੋਲ ਕੇ ਲੱਗੋ ਉੱਚੇ ਸੁਪਨੇ ਲੈਣ ਤੈਨੂੰ ਗੋਦੀ ਮੀਡੀਏ ਮਾਰਿਆ ਗੋਦੀ ਮੀਡੀਏ ਮਾਰਿਆ ਗੋਦੀ ਮੀਡੀਏ ਮਾਰਿਆ ਜੋ ਅੰਬਰੋਂ ਦਏ ਨਾ ਲੈਣ ਕੰਨੂ ਬੋਲਾ ਹੋ ਕੇ ਮਚਲਿਆ ਬੋਲਾ ਹੋ ਕੇ ਮਚਲਿਆ ਜਾਣ ਬੱਝ ਮੀਟ ਦਾ ਨੈਣ ਅੰਨ ਦਾਤਾ ਧੱਕੇ ਖਾਵਦਾ ਦਾਤਾ ਧੱਕੇ ਖਾਵਦਾ ਗਰਮੀ ਸਹਿੰਦਿਆਂ ਲੰਘੇ ਗਰਮੀ ਸਹਿੰਦਿਆਂ ਲੰਘੇ ਸੜਕੀ ਰੁਲਦਿਆਂ ਰਹਿਣ ਕਿਉਂ ਪੱਥਰ ਦਿਲ ਨਹੀਂ ਭੇਜਦਾ ਪੱਥਰ ਦਿਲ ਨਹੀਂ ਭੇਜਦਾ ਦਿਲ ਡੋਬ ਕਿਉਂ ਨਾ ਪੈਣਾ ਖੁਦ ਖੁਸ਼ੀਆਂ ਕਰਦੇ ਨਿੱਤ ਜੋ ਖੁਸ਼ੀਆਂ ਕਰਦੇ ਨਿੱਤ ਜੋ ਤੈਨੂੰ ਸਮਝ ਗਰਾਣ ਰਾਜਾ ਪ੍ਰਜਾ ਦੀ ਮਾਂ ਹੋਮਦੀ ਰਾਜਾ ਪ੍ਰਜਾ ਦੀ ਮਾਂ ਹੋਮਦੀ ਬੱਚੇ ਖਾਣੀ ਬਣੇ ਨਾ ਡੈਣ ਰੱਖੀ ਜਾ ਦੇ ਪੁੱਤ ਪੰਜਾਬ ਦੇ ਧੀਆਂ ਦੇ ਪੁੱਤ ਪੰਜਾਬ ਦੇ ਰੱਖੀ ਯਾਦ ਪੁੱਤ ਪੰਜਾਬ ਦੇ ਨਾ ਜਬਰ ਸਾਹਮਣੇ ਠਹਿਣਾ ਇਹ ਹੱਕ ਲਈ ਲੜਨਾ ਜਾਣਦੇ ਹੱਕ ਲਈ ਲੜਨਾ ਜਾਣਦੇ ਦਿਨ ਦੇ ਸ਼ਾਂਤ ਜ਼ੁਲਮ ਦੇ ਟਹਿਣਾ ਜਦ ਰੋ ਜਨਤਾ ਦਾ ਚੜ ਪਵੇ ਜਦ ਰੋ ਜਨਤਾ ਦਾ ਚੜ ਪਵੇ ਨਹੀਂ ਰੁਕਦੇ ਹਰਦੇ ਪੰਜਾਬ ਨੂੰ ਲਾਣਾ ਅੱਗ ਪੰਜਾਬ ਨੂੰ ਐਵੇਂ ਲਾਣਾ ਅੱਗ ਪੰਜਾਬ ਨੂੰ ਕਿਤੇ ਘਰ ਘਰ ਬਹਿਣ ਨਾ ਵੈਣਾ ਜਦ ਘਰ ਦੇ ਬੰਦੇ ਵਿਗੜਦੇ ਘਰ ਦੇ ਬੰਦੇ ਵਿਗੜਦੇ ਫਿਰ ਕਾਬੂ ਕਦੇ ਨਾ ਰਹਿਣਾ ਫਿਰ ਕਾਬੂ ਕਦੇ ਨਾ ਰਹਿਣਾ ਜੋ ਦਾਰੂ ਦਿੱਤਾ ਕਵੀ ਸ਼ਰਾਂ ਜੋ ਦਾਰੂ ਦਿੱਤਾ ਕਵੀ ਸ਼ਰਾਂ ਦਾਰੂ ਦਿੱਤਾ ਕਵੀ ਸ਼ਰਾਂ ਇਹਨੂੰ ਖਾ ਲੈ ਸਮਝ ਕਨੈਣਾ ਬਿੱਲ ਵਾਪਸ ਲਏ ਬਿਨ ਹਾਕਮਾ ਵਾਪਸ ਲਏ ਬਿਨ ਹਾਕਮਾ ਚੁੱਪ ਗੁਰਮੁਖ ਕਦੇ ਨਾ ਬਹਿਣ ਬਿੱਲ ਵਾਪਸ ਲਏ ਬਿਨ ਹਾਕਮਾ ਜੀ ਬਿਲਕੁਲ ਇੱਥੇ ਕਿਸਾਨਾਂ ਨੇ ਜਿਹੜਾ ਹੈਗਾ ਸਿੱਖ ਜਥੇਬੰਦੀਆਂ ਨੇ ਕਵਿਤਾ ਗਾ ਕੇ ਮੌਜੂਦਾ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਬਿੱਲ ਵਾਪਸ ਲਏ ਬਿਨਾਂ ਹਾਕਮਾਂ ਚੁੱਪ ਰਹਿਣ ਨਾ ਗੁਰਮੁਖ
ਸੋ ਮੇਰੀ ਵੀ ਇਹੀ ਗੁਜ਼ਾਰਿਸ਼ ਹੈ ਮੋਦੀ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਗੁਜ਼ਾਰਿਸ਼ ਨੂੰ ਜਿਹੜਾ ਐਕਸੈਪਟ ਕਰੇ, ਇਹ ਬਿੱਲ ਨੂੰ ਕੈਂਸਲ ਕਰੇ, ਜਾਂ ਤਾਂ ਇਸ ਦੇ ਵਿੱਚ ਕੁਛ ਅਜਿਹਾ ਸ਼ੋਧ ਲਿਆਵੇ ਜਿਹੜਾ ਕਿ ਪੂਰਨ ਤੌਰ ਤੇ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ ਸਰ ਤੁਸੀਂ? ਅਸੀਂ ਮੈਡਮ, ਮੈਂ ਕੁਲਜੀਤ ਸਿੰਘ ਸਰਪੰਚ, ਪਿੰਡ ਸਲੇਮਾ, ਤਹਿਸੀਲ ਸ਼ਾਹਕੋਟ, ਡਿਸਟ੍ਰਿਕਟ ਜਲੰਧਰ। ਜੀ ਬਿਲਕੁਲ, ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਲਗਾਤਾਰ? ਅਸੀਂ ਮੈਡਮ 29 ਤਰੀਕ ਤੋਂ ਇੱਥੇ ਆਏ ਹਾਂ, ਵਿੱਚੋਂ 8 ਦਿਨ ਪਹਿਲਾਂ ਲਾ ਕੇ ਵਿੱਚੋਂ 2 ਦਿਨ ਲਈ ਪਿੰਡ ਚਲੇ ਗਏ ਸੀ, ਉਸ ਤੋਂ ਬਾਅਦ ਅੱਜ 4th ਦਿਨ ਫਿਰ ਇੱਥੇ ਹੀ ਹੈ। ਜੀ ਬਿਲਕੁਲ, ਜਿਹੜਾ ਸਰਕਾਰ ਨੇ, ਮੌਜੂਦਾ ਸਰਕਾਰ ਨੇ ਬਿੱਲ ਬਣਾਇਆ, ਬਿੱਲ ਪਾਸ ਕੀਤਾ ਜਿਸ ਨੂੰ ਤੁਸੀਂ ਕਾਲੇ ਕਾਨੂੰਨ ਦਾ ਨਾਮ ਦਿੱਤਾ, ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਡਮ, ਇਸ ਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸੇ ਵੀ ਕਿਸਾਨ ਸਾਡੀ ਜਥੇਬੰਦੀ ਨਾਲ ਕੋਈ ਸਲਾਹ ਨਹੀਂ ਕੀਤੀ। ਮੰਨ ਲਓ ਕਿ ਕੋਈ ਚੀਜ਼ ਆਪਾਂ ਕਿਸੇ ਨੂੰ ਦੇਣੀ ਚਾਹੁੰਦੇ ਹਾਂ, ਉਹ ਅਗਲਾ ਲੈਂਦਾ ਹੀ ਨਹੀਂ, ਕਹਿੰਦਾ ਮੈਂ ਲੈਣੀ ਨਹੀਂ, ਮੈਨੂੰ ਜ਼ਰੂਰਤ ਨਹੀਂ ਇਹਦੀ, ਸਾਨੂੰ ਉਹਦੀ ਕੋਈ ਜ਼ਰੂਰਤ ਹੀ ਨਹੀਂ ਸੀ, ਸਾਨੂੰ ਸਾਡੇ 'ਤੇ ਉਹ ਥੋਪਣਾ ਚਾਹੁੰਦੇ ਆ, ਸਾਨੂੰ ਉਹਦੀ ਜ਼ਰੂਰਤ ਨਹੀਂ, ਅਸੀਂ ਨਹੀਂ ਲੈਣਾ ਚਾਹੁੰਦੇ ਉਹ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਕਿਹਾ ਕਿ ਜੋ ਸਰਕਾਰ ਨੇ ਬਿੱਲ ਬਣਾਇਆ ਉਸਦੀ ਇਹਨਾਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਉਹ ਜ਼ਬਰਦਸਤੀ ਇਹਨਾਂ ਦੇ ਉੱਤੇ ਥੋਪੀ ਜਾ ਰਹੀ ਹੈ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਬਿੱਲ ਹੈ ਇਸ ਦੀ ਜ਼ਰੂਰਤ ਪਵੇ, ਜਾਂ ਕਿਤੇ ਨਾ ਕਿਤੇ ਇਹ ਬਿੱਲ ਜਿਹੜਾ ਹੈ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇ? ਮੈਡਮ, ਨਾ ਪਹਿਲਾਂ ਇਹ ਲਾਭਦਾਇਕ ਸਾਬਤ ਹੋਇਆ, ਕਿਉਂਕਿ ਅਸੀਂ 2006 ਦੇ ਵਿੱਚ ਇਹਨਾਂ ਨੇ ਬਿਹਾਰ ਦੇ ਵਿੱਚ, ਬਾਕੀ ਸਟੇਟਾਂ ਦੇ ਵਿੱਚ ਇਹ ਕਰਕੇ ਦੇਖ ਲਿਆ, ਜਿਹਦੇ ਵਿੱਚ ਜੇ ਇਹ ਚੰਗਾ ਬਿੱਲ ਹੁੰਦਾ ਤਾਂ ਬਿਹਾਰ ਦੇ ਜਿਹੜੇ ਲੋਕ ਆ, ਸਾਡੇ ਭਰਾ ਆ, ਕਿਸਾਨ ਹੈ, ਉਹ ਪੰਜਾਬ 'ਚ ਆ ਕੇ ਕਿਉਂ ਮਜ਼ਦੂਰੀ ਕਰਦੇ? ਜਿਹੜਾ ਝੋਨੇ ਦਾ ਰੇਟ ਜਾਂ ਕਣਕ ਦਾ ਰੇਟ MSP ਜਿਹੜੀ ਹੈ ਉਹਦੀ, ਉਹ 1900 ਕੁਛ ਹੈ, ਔਰ ਜਿਹੜੀ ਬਿਹਾਰ ਦੇ ਵਿੱਚ ਹੈ ਉੱਥੇ ਪ੍ਰਾਈਵੇਟ ਏਜੰਸੀਆਂ ਖਰੀਦੀਆਂ, ਉੱਥੇ 1800-900 ਨੂੰ ਖਰੀਦੀਆਂ ਜਾਂ 1100 ਨੂੰ, ਉਹਨਾਂ ਨੂੰ 700-800 ਜਾਂ 900 ਰੁਪਏ ਘਾਟਾ ਇੱਕ ਕੁਇੰਟਲ ਪਿੱਛੇ ਪੈ ਰਿਹਾ। ਜੇ ਇਹ ਉੱਥੇ ਚੰਗਾ ਸਾਬਤ ਹੁੰਦਾ ਤਾਂ ਉਹਨਾਂ ਨੂੰ, ਵਿਚਾਰਿਆਂ ਨੂੰ ਕੀ ਜ਼ਰੂਰਤ ਆ ਸਾਡੇ ਉਹ ਭਰਾਵਾਂ ਨੂੰ ਇੱਥੇ ਆ ਕੇ ਮਜ਼ਦੂਰੀ ਕਰਨ ਦੀ? ਇਸ ਕਰਕੇ ਇਹ ਕਾਲੇ ਕਾਨੂੰਨ ਆ ਜਿਹੜੇ, ਇਹ ਰੱਦ ਹੋਣੇ ਚਾਹੀਦੇ ਆ। ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਇਹ ਕਾਨੂੰਨ ਜਿਹੜਾ ਪਹਿਲਾਂ UP ਦੇ ਵਿੱਚ ਲਾਗੂ ਹੋਇਆ ਸੀ ਬਟ ਉਹ ਸਕਸੈਸਫੁਲ ਨਹੀਂ ਹੋਇਆ, ਅਤੇ ਹੁਣ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ ਜ਼ਬਰਦਸਤ ਇਸ ਬਿੱਲ ਨੂੰ ਥੋਪਣਾ ਚਾਹੁੰਦੀ ਹੈ ਜਿਹੜਾ ਕਿ ਕਿਸਾਨਾਂ ਦੇ ਬਿਲਕੁਲ ਵੀ ਹਿੱਤ 'ਚ ਨਹੀਂ ਹੈ। ਅਤੇ ਇਹਨਾਂ ਦਾ ਖਾਸ ਤੌਰ 'ਤੇ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹ ਬਿੱਲ ਕੈਂਸਲ ਨਹੀਂ ਕਰਦੀ, ਇੱਥੇ ਉਹ ਨਹੀਂ ਜਾਣਗੇ, ਚਾਹੇ 6 ਮਹੀਨੇ ਜਾਂ ਸਾਲ ਹੋਰ ਸਮਾਂ ਲੱਗਦਾ, ਤੁਸੀਂ ਐਗਰੀ ਹੋ ਇਸ ਗੱਲ ਦੇ ਲਈ? ਮੈਡਮ, ਇਸ ਗੱਲ ਨੂੰ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਇੱਥੇ ਪਹੁੰਚੇ ਹਾਂ। ਸਾਡੀਆਂ ਜਿਹੜੀਆਂ ਟਰਾਲੀਆਂ, ਟਰੈਕਟਰ ਆ, ਸਾਡੇ ਉਹ ਖੇਤਾਂ ਦੇ ਸਾਡੇ ਉਹ ਪੁੱਤ ਹੈ, ਜਿਹੜੇ ਸਾਡੇ ਟਰੈਕਟਰ ਆ ਸਾਡੇ ਪੁੱਤ ਹੈ, ਅਸੀਂ ਉਹਨਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਹਾਂ, ਔਰ ਜਿਹੜੀ ਸਾਡੀ ਜ਼ਮੀਨ ਹੈ ਉਹ ਸਾਡੀ ਇੱਕ ਕਿਸਮ ਦੀ ਮਾਂ ਆ। ਜਦੋਂ ਸਾਡੀ ਕੋਈ ਮਾਂ ਨੂੰ ਹੱਥ ਪਾਊਗਾ ਤਾਂ ਸਾਡੇ ਜੀਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਅਸੀਂ ਮਰਨ ਲਈ ਤਾਂ ਤਿਆਰ ਹਾਂ, ਪਰ ਅਸੀਂ ਆਪਣੀ ਜ਼ਮੀਨ 'ਤੇ ਕਿਸੇ ਨੂੰ ਪੈਰ ਨਹੀਂ ਰੱਖਣ ਦੇਵਾਂਗੇ, ਭਾਵਾਂ ਇਸ ਗੱਲ ਨੂੰ 6 ਮਹੀਨੇ ਲੱਗ ਜਾਣ, 2 ਲੱਗ ਜਾਣ, 4 ਲੱਗ ਜਾਣ, ਸਾਲ ਲੱਗ ਜਾਵੇ, ਜਿੰਨਾ ਚਿਰ ਇਹ ਬਿੱਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਸੰਘਰਸ਼ ਕਰਾਂਗੇ ਔਰ ਕਰਦੇ ਰਹਾਂਗੇ। ਕੀ ਤੁਸੀਂ ਸਾਰੇ ਇਸ ਸੰਘਰਸ਼ ਦੇ ਵਿੱਚ ਲਗਾਤਾਰ ਐਵੇਂ ਹਿੱਸਾ ਬਣਦੇ ਜਾਓਗੇ? ਮੈਡਮ, ਬਿਲਕੁਲ, ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਸੇ ਤਰ੍ਹਾਂ ਹੀ ਆਪਣੇ ਸੰਘਰਸ਼ ਨੂੰ ਜਾਰੀ ਰੱਖਾਂਗੇ ਔਰ ਜਾਰੀ ਰੱਖਦੇ ਰਹਾਂਗੇ। ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਆ, ਜਿੰਨੀਆਂ ਵੀ ਹੈ, ਜਦੋਂ ਉਹ ਜਾ ਕੇ ਉੱਥੇ ਜਿਹੜੇ ਮੋਦੀ ਦੇ ਜਿੰਨੇ ਵੀ ਮੰਤਰੀ ਆ ਉਹਨਾਂ ਨਾਲ ਜਦੋਂ ਗੱਲ ਕਰਦੇ ਆ, ਕਿਸੇ ਨੂੰ ਉਹਦਾ ਜਵਾਬ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਕੋਲ ਕੋਈ ਇਹਨਾਂ ਗੱਲਾਂ ਦਾ ਜਵਾਬ ਹੈ ਹੀ ਨਹੀਂ। ਜੇ ਅੱਜ ਮੋਦੀ ਸਾਹਿਬ ਇਹ ਕਹਿ ਰਹੇ ਆ ਕਿ ਜਿਹੜਾ ਕਿਸਾਨ ਹੈ ਉਹ ਅਨਪੜ੍ਹ ਹੈ, ਮੰਨ ਲਓ, ਮੈਂ ਮੰਨਦਾ ਨਹੀਂ ਵੈਸੇ ਇਸ ਗੱਲ ਨੂੰ, ਮੰਨ ਲਓ ਕਿ ਕਿਸਾਨ ਅਨਪੜ੍ਹ ਹੈ, ਜੇ ਕਿਸਾਨ ਅਨਪੜ੍ਹ ਹੈ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਕੀਲ ਹੈ, ਕੀ ਉਹ ਵੀ ਅਨਪੜ੍ਹ ਹੈ? ਉਹਨੇ ਵੀ ਇਸ ਦਾ ਵਿਰੋਧ ਕੀਤਾ ਆ, ਕਿਸਾਨਾਂ ਦੇ ਨਾਲ ਖੜ੍ਹੇ ਸੁਪਰੀਮ ਕੋਰਟ ਦੇ ਜਿੰਨੇ ਵੀ ਵਕੀਲ ਹੈ। ਜੀ ਬਿਲਕੁਲ, ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੀ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨ ਅਨਪੜ੍ਹ ਨੇ, ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਿਹੜੇ ਲਾਇਰ ਨੇ
ਉਹ ਵੀ ਇਸ ਹੱਕ ਦੇ ਵਿੱਚ ਖੜੇ ਨੇ ਤੇ ਉਹ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਰਹੇ ਨੇ। ਜੀ ਸਰ, ਮੇਰੀ ਵੀ ਤੁਹਾਨੂੰ ਇਹੀ ਗੁਜ਼ਾਰਿਸ਼ ਹੈ, ਜਿਵੇਂ ਮੈਨੂੰ ਇਹ ਮੇਰਾ ਫਸਟ ਰੋਸ ਪ੍ਰਦਰਸ਼ਨ ਹੈ ਜਿਸ ਦੇ ਵਿੱਚ ਮੈਂ ਵੀ ਹਿੱਸਾ ਲਿਆ ਹੈ ਤੇ ਤੁਹਾਡੀ ਆਵਾਜ਼ ਜਿਹੜੀ ਹੈ ਮੈਂ ਸਰਕਾਰ ਤੱਕ ਪਹੁੰਚਾਵਾਂਗੀ। ਤੇ ਮੈਨੂੰ, ਮੈਂ ਪੜ੍ਹਿਆ ਸੀ ਉਸ ਬਾਰੇ ਜਦੋਂ ਆਪਣਾ ਦੇਸ਼ ਗੁਲਾਮ ਹੋਇਆ ਸੀ, ਠੀਕ ਹੈ, ਗੋਰਿਆਂ ਨੇ ਰਾਜ ਕਿਵੇਂ ਕੀਤਾ ਸੀ, ਉਹਨਾਂ ਦੇ ਵਿੱਚ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾਈ ਸੀ। ਸੋ ਮੇਰੀ ਤੁਹਾਨੂੰ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਇਹ ਐਵੇਂ ਹੀ ਸ਼ਾਂਤੀਪੂਰਵਕ ਚੱਲਦਾ ਰਹੇ ਜਦ ਤੱਕ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ। ਕਿਸੇ ਵੀ ਕਿਸਮ ਦਾ ਕੋਈ ਦੰਗਾ ਫਸਾਦ ਜਾਂ ਫਿਰ ਆਪਸੀ ਲੜਾਈ ਝਗੜੇ ਤੋਂ ਤੁਸੀਂ ਬਚ ਕੇ ਰਹਿਣਾ। ਮੈਡਮ, ਇਸ ਗੱਲ ਦੀ ਅਸੀਂ ਕਿਸਾਨ ਯੂਨੀਅਨ ਵਾਲੇ ਜਿੰਨੇ ਵੀ ਕਿਸਾਨ ਆ, ਅਸੀਂ ਇਸ ਗੱਲ ਦੀ ਸਰਕਾਰ ਨੂੰ ਔਰ ਤੁਹਾਡੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਕਿਸਾਨ ਵੱਲੋਂ ਕਦੇ ਵੀ ਅੱਜ ਤੱਕ ਨਾ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਔਰ ਨਾ ਹੀ ਹੋਏਗੀ। ਹਾਲਾਂਕਿ ਸਰਕਾਰ ਨੇ ਇਹੋ ਜਿਹੇ ਹੱਥਕੰਡੇ ਵਰਤੇ ਅੱਜ ਤੱਕ ਕਿ ਜਿਹੜੇ ਵਿੱਚ ਇਹੋ ਜਿਹੇ ਬੰਦੇ ਉਹਨਾਂ ਲਾਏ ਆ, ਭੇਜੇ ਆ ਕਿ ਯੂਨੀਅਨ ਦੇ ਵਿੱਚ ਫੁੱਟ ਪਾਈ ਜਾਵੇ ਜਾਂ ਕਿਸਾਨਾਂ ਦੇ ਵਿੱਚ ਆਪਸ ਵਿੱਚ ਫੁੱਟ ਪਾਈ ਜਾਵੇ। ਲੇਕਿਨ ਜਿਹੜਾ ਕਿਸਾਨ ਆ ਹੁਣ ਬਹੁਤ ਅਵੇਅਰ ਹੋ ਚੁੱਕਾ ਆ, ਹਰ ਗੱਲ ਨੂੰ ਕਿਸਾਨ ਸਮਝਦਾ ਆ ਔਰ ਸਮਝਦਾ ਰਹੇਗਾ। ਔਰ ਮੇਰਾ ਖਿਆਲ ਆ ਜਿੱਥੋਂ ਤੱਕ ਜੋ ਮੈਂ ਸਮਝਦਾ ਕਿ ਕਿਸਾਨ ਇਹੋ ਜਿਹਾ ਕੰਮ ਨਾ ਕਦੇ ਪਹਿਲਾਂ ਕੀਤਾ ਕਿਸਾਨ ਨੇ ਨਾ ਕਰੂਗਾ। ਜੀ ਬਿਲਕੁਲ, ਆਪਣੀਆਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਆ ਉਹਨਾਂ ਦੇ ਵਾਸਤੇ ਅਸੀਂ ਇਹ ਸੰਘਰਸ਼ ਕਰ ਰਹੇ ਹਾਂ, ਕਰਦੇ ਰਹਾਂਗੇ। ਜੀ ਬਿਲਕੁਲ, ਜਿਵੇਂ ਅਸੀਂ ਦੇਖਦੇ ਹਾਂ ਕਿ ਬਾਕੀ ਸਟੇਟਸ ਦੇ ਵਿੱਚ ਵੀ ਜਦੋਂ ਰੋਸ ਪ੍ਰਦਰਸ਼ਨ ਹੁੰਦਾ ਸੀ ਸਰਕਾਰ ਕੋਈ ਮੰਗ ਨੂੰ ਨਹੀਂ ਐਕਸੈਪਟ ਕਰਦੀ ਸੀ ਜਾਂ ਉਹਨਾਂ ਦੇ ਹਿੱਤ ਵਿੱਚ ਨਹੀਂ ਫੈਸਲਾ ਲੈਂਦੀ ਸੀ ਤਾਂ ਜਿਹੜੇ ਉੱਥੇ ਰੋਸ ਪ੍ਰਦਰਸ਼ਨਕਾਰੀ ਹੁੰਦੇ ਸੀ ਉਹ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਦੇ ਹੁੰਦੇ ਸੀ ਤੇ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰਨ ਦੇ ਬਾਅਦ ਵਿੱਚ ਕੀ ਹੁੰਦਾ ਸੀ ਕਿ ਉਸਦਾ ਖਾਮਿਆਜ਼ਾ ਸਾਰਿਆਂ ਨੂੰ ਭੁਗਤਣਾ ਪੈਂਦਾ ਸੀ। ਸੋ ਸਾਡੀ ਵੀ ਇਹੀ ਗੁਜ਼ਾਰਿਸ਼ ਹੈ, ਅਸੀਂ ਵੀ ਇਹੀ ਗੁਜ਼ਾਰਿਸ਼ ਕਰਦੇ ਹਾਂ ਸਰਕਾਰ ਨੂੰ ਕਿ ਤੁਹਾਡੀਆਂ ਮੰਗਾਂ ਨੂੰ ਐਕਸੈਪਟ ਕਰੇ, ਤੁਹਾਡਾ ਰੋਸ ਪ੍ਰਦਰਸ਼ਨ ਜਲਦੀ ਤੋਂ ਜਲਦੀ ਖਤਮ ਹੋਵੇ। ਜੇਕਰ ਇਹ ਰੋਸ ਪ੍ਰਦਰਸ਼ਨ ਖਤਮ ਨਹੀਂ ਹੁੰਦਾ ਕਿ ਤੁਸੀਂ ਵੀ ਬਾਕੀ ਸਟੇਟ ਦੇ ਰੋਸ ਪ੍ਰਦਰਸ਼ਨਕਾਰੀਆਂ ਵਾਂਗ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕਰੋਗੇ? ਜੀ ਨਹੀਂ ਮੈਡਮ, ਨਾ ਪੰਜਾਬ ਦੇ ਕਿਸਾਨ ਨੇ ਪਹਿਲਾਂ ਕਦੇ ਇਹੋ ਜਿਹਾ ਸੋਚਿਆ, ਨਾ ਹੀ ਪੰਜਾਬ ਦਾ ਕਿਸਾਨ ਇਹੋ ਜਿਹਾ ਸੋਚੇਗਾ। ਅਸੀਂ ਹਿੰਦੁਸਤਾਨ ਦੇ ਜਿੰਨੇ ਵੀ ਸਟੇਟਾਂ ਦੇ ਜਿੰਨੇ ਵੀ ਸਾਡੇ ਕਿਸਾਨ ਵੀਰ ਹੈ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਪਬਲਿਕ ਪ੍ਰੋਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਆ ਇਹ ਕਿਸਾਨ ਦੇ ਹਮੇਸ਼ਾ ਉਲਟੀ ਜਾਂਦੀਆਂ ਆ ਔਰ ਇਹਨਾਂ ਤੋਂ ਬਚ ਕੇ ਹੀ ਰਹੋ। ਜੀ ਬਿਲਕੁਲ, ਮੋਦੀ ਸਰਕਾਰ ਨੂੰ ਮੈਂ ਵੀ ਅਪੀਲ ਕਰਦੀ ਹਾਂ ਕਿ ਜਿਹੜੇ ਕਿਸਾਨਾਂ ਦੀਆਂ ਉਹਨਾਂ ਨੇ ਅੱਜ ਰੋਟੀ ਰੋਜ਼ਗਾਰ ਖੋ ਕੇ ਉਹਨਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕਰ ਦਿੱਤਾ ਹੈ, ਫਿਰ ਵੀ ਉਹ ਕਿਸਾਨ ਇੱਥੋਂ ਤੱਕ ਇਸ ਕਾਨੂੰਨ ਨੂੰ ਲੈ ਕੇ ਗੁਜ਼ਾਰਿਸ਼ ਕਰ ਰਹੇ ਨੇ ਕਿ ਸਾਡਾ ਬਿੱਲ ਪਾਸ ਕਰ ਦੇਵੇ ਜਾਂ ਇਸ ਬਿੱਲ ਨੂੰ ਇਸ ਤਰੀਕੇ ਨਾਲ ਬਦਲ ਦੇਵੇ ਜਿਹੜਾ ਕਿ ਟੋਟਲੀ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਜੇਕਰ ਉਹ ਨਹੀਂ ਕਰਦੇ ਫਿਰ ਵੀ ਇਹ ਸ਼ਾਂਤੀਪੂਰਵਕ ਨਾਲ ਇਸ ਰੋਸ ਪ੍ਰਦਰਸ਼ਨ ਨੂੰ ਕੈਰੀ ਔਨ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਬਲਿਕ ਪ੍ਰੋਪਰਟੀ ਨੂੰ ਡੈਮੇਜ ਨਹੀਂ ਕਰਨਗੇ। ਹਾਂਜੀ ਸਰ। ਮੈਂ ਮੈਡਮ ਸਾਡੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਮੈਂ ਉਹਨੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਤੁਹਾਡੇ ਹਲਚਲ ਟੀਵੀ ਦਾ ਔਰ ਤੁਸੀਂ ਕੈਨੇਡਾ ਤੋਂ ਆਏ ਆ ਕੇ ਇੱਥੇ ਕਵਰਿੰਗ ਦੇ ਰਹੇ ਹਾਂ, ਸਾਡਾ ਜਿਹੜਾ ਇੱਥੇ ਦਾ ਨੈਸ਼ਨਲ ਮੀਡੀਆ ਆ ਉਹ ਸਾਡੀ ਗੱਲ ਨੂੰ ਇਸ ਲੈਵਲ 'ਤੇ ਨਹੀਂ ਪਹੁੰਚਾ ਰਿਹਾ। ਤੁਹਾਡੇ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਗੱਲ ਨੂੰ ਜਿਹੜਾ ਵਰਲਡ ਤੱਕ ਪਹੁੰਚਾ ਰਹੇ ਹਾਂ, ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਔਰ ਦੂਸਰੀ ਬੇਨਤੀ ਇਹ ਆ ਕਿ ਸਾਡੇ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋਊਗਾ ਜਿਹੜਾ ਕਿਸੇ ਵੀ ਸਰਕਾਰ ਦੇ ਉਲਟ ਹੋਵੇ। ਜੀ ਬਿਲਕੁਲ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਤੁਹਾਡਾ ਜਿਹੜਾ ਮਤਲਬ ਕਿ ਰੋਸ ਜਿਹੜਾ ਚੱਲ ਰਿਹਾ ਐਵੇਂ ਹੀ ਸ਼ਾਂਤੀਪੂਰਵਕ ਚੱਲਦਾ ਰਹੇ ਵਾ ਅਤੇ ਤੁਸੀਂ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਰੋਸ ਪ੍ਰਦਰਸ਼ਨ ਚਾਹੇ ਚੱਲਦਾ ਰਹੇ ਪਰ ਇਹ ਕਿਸੇ ਵੀ ਕਿਸਮ ਦੀ ਕੋਈ ਪਬਲਿਕ ਪ੍ਰੋਪਰਟੀ ਨੂੰ ਕੋਈ ਵੀ ਡੈਮੇਜ ਨਹੀਂ ਕਰਨਗੇ। ਡੈਮੇਜ ਕਰਾਂਗੇ ਮੈਡਮ, ਅਸੀਂ ਸਵੇਰ ਨੂੰ ਜਦੋਂ ਸਾਡੇ ਅਸੀਂ ਕਣਕਾਂ ਨੂੰ ਪਾਣੀ ਲਾਉਂਦੇ ਹਾਂ ਸਰਦੀਆਂ ਵਿੱਚ, ਕਈ ਵਾਰੀ ਸਾਨੂੰ 1 ਵਜੇ ਰਾਤ ਨੂੰ ਉੱਠ ਕੇ ਜਾਣਾ ਪੈਂਦਾ, 2 ਵਜੇ ਵੀ ਜਾਣਾ ਪੈਂਦਾ, ਸਾਨੂੰ 4 ਵਜੇ ਵੀ ਜਾਣਾ ਪੈਂਦਾ, ਸਾਨੂੰ ਪਾਣੀ ਦੀਆਂ ਪਛਾੜਾਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਹਮੇਸ਼ਾ ਪਾਣੀ 'ਚ ਹੀ ਜੰਮੇ ਹਾਂ ਅਤੇ ਪਾਣੀ 'ਚ ਹੀ ਅੱਗੇ ਚੱਲਦੇ ਰਹਿਣਾ ਆ, ਸਾਨੂੰ ਉਹਨਾਂ ਗੱਲਾਂ ਦੀ ਨਹੀਂ ਪਰਵਾਹ। ਇਹ ਸਰਕਾਰ ਨੇ
ਜੋ ਕੀਤਾ ਹੈ ਗਲਤ ਕੀਤਾ, ਇਹਨੂੰ ਨਹੀਂ ਕਰਨਾ ਚਾਹੀਦਾ ਸੀ, ਪਰ ਇਹ ਕਿਸਾਨ ਨੇ ਦਿਖਾ ਦਿੱਤਾ ਆ ਵੀ ਅਸੀਂ ਪਾਣੀ ਦੇ ਨਾਲ ਸਾਡਾ ਹਮੇਸ਼ਾ ਸੰਬੰਧ ਰਿਹਾ ਆ ਔਰ ਰਹਿਣਾ ਵੀ ਆ, ਔਰ ਪਾਣੀ ਸਾਡਾ ਕੁਛ ਨਹੀਂ ਵਿਗਾੜ ਸਕਦਾ, ਪਾਣੀ ਤਾਂ ਸਾਡਾ ਪਾਣੀ ਜਿਹੜਾ ਆ ਉਹ ਅਸੀਂ ਹਮੇਸ਼ਾ ਹੀ ਉਹਦੇ ਨਾਲ ਸ਼ੁਰੂ ਤੋਂ ਪਿਆਰ ਕਰਦੇ ਰਹੇ ਹਾਂ ਔਰ ਕਰਦੇ ਰਹਾਂਗੇ। ਜੀ ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਉਤਸ਼ਾਹ ਕਿਵੇਂ ਲਗਾਤਾਰ ਜਾਰੀ ਹੈ। ਉਹ ਕਹਿੰਦੇ ਚਾਹੇ ਪਾਣੀ ਦੀਆਂ ਬੁਸ਼ਾਰਾਂ ਹੋਵੇ, ਚਾਹੇ ਸੁਨਾਮੀ ਆਵੇ, ਬਟ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਐਵੇਂ ਹੀ ਚੱਲਦਾ ਰਹੇਗਾ ਜਦੋਂ ਤੱਕ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਨਛੱਤਰ ਸਿੰਘ। ਕਿੱਥੋਂ ਆਏ ਤੁਸੀਂ? ਜ਼ਿਲ੍ਹਾ ਮੋਹਾਲੀ। ਜ਼ਿਲ੍ਹਾ ਮੋਹਾਲੀ ਤੋਂ ਆਏ? ਪਿੰਡ ਚਾਂਪਰ। ਓਕੇ ਜੀ, ਹਾਂਜੀ। ਤੁਸੀਂ ਕਿੰਨੇ ਟਾਈਮ ਤੋਂ ਇੱਥੇ ਆ ਰਹੇ ਹੋ ਜਾਂ ਇੱਥੇ ਹੀ ਲਗਾਤਾਰ ਰਹਿ ਰਹੇ ਹੋ? ਹਾਂ, ਮੈਂ ਇੱਥੇ ਬਹੁਤ ਦਿਨਾਂ ਤੋਂ ਇੱਥੇ ਹੀ ਹਾਂ। ਜੀ ਬਿਲਕੁਲ, ਹਾਂਜੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਰੋਸ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ? ਇਹ ਤਾਂ ਭਾਵੇਂ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ, ਇਹ ਮੋਦੀ ਦਿੱਲੀ ਦੇ ਤਖ਼ਤ 'ਤੇ ਬੈਠ ਕੇ ਇਹਨੇ ਫੁੱਲਾਂ ਦਾ ਤਖ਼ਤ ਸਮਝ ਲਿਆ ਮੋਦੀ ਨੇ, ਇਹ ਫੁੱਲਾਂ ਦੀ ਛੇਜ ਨਹੀਂ ਹੈ, ਇਹ ਛੇਜ ਸੱਪਾਂ ਦੀ ਆ। ਮੋਦੀ ਇਹਨੇ ਡੰਗ ਲਿਆ। ਮੋਦੀ ਦੇ ਗਲ ਵਿੱਚ ਕਿੰਨੇ ਹਾਰ ਪੈਂਦੇ ਤੇ, ਫੁੱਲਾਂ ਦੇ ਹਾਰ ਪੈਂਦੇ ਤੇ, ਅੱਜ ਜੁੱਤੀਆਂ ਦੇ ਹਾਰ ਪੈਂਦੇ ਮੋਦੀ ਦੇ ਗਲ ਦੇ ਵਿੱਚ। ਸੋ ਮੈਂ ਤਾਂ ਇਹ ਵੀ ਕਹਿੰਦਾ ਹੈ ਕਿ ਇਹਦੇ ਮੋਦੀ ਦੇ ਪੂਰਵਜ ਜਦੋਂ ਰਾਜ ਨੂੰ ਛੱਡ ਕੇ ਤਖ਼ਤ ਨੂੰ ਲੱਤ ਮਾਰ ਕੇ ਇਹ ਹਿਮਾਲੀਆ ਨੂੰ ਚਲੇ ਗਏ, ਇਹ ਹਿਮਾਲੀਆ ਨੂੰ ਅੱਜ ਵੀ ਭੱਜ ਜਵੇ ਅਤੇ ਕਿਸਾਨ ਲੋਕ ਲੱਖਾਂ, ਕਿੰਨੀ ਸਰਦੀ ਪੈ ਰਹੀ ਹੈ ਇੱਥੇ, ਕਿੰਨੀਆਂ ਧੁੰਦਾਂ ਪੈ ਰਹੀਆਂ ਹੈ, ਲੱਖਾਂ ਕਿਸਾਨ ਆਪਣੇ ਹੱਕ ਮੰਗਣ ਵਾਸਤੇ ਇੱਥੇ ਪਹੁੰਚੇ ਹੋਏ ਹੈ। ਸੋ ਮੋਦੀ ਦੀ ਤਾਂ ਨਿਕਲ ਗਈ ਹਵਾ, ਮੋਦੀ ਦਾ ਫੁੱਲ ਗਿਆ ਤਾਂ ਗੁਬਾਰੇ ਦੇ ਵਾਂਗ ਆਹ ਸੂਈ ਚੁੱਭ ਗਈ। ਮੋਦੀ ਨੂੰ ਦੱਸਣਾ ਚਾਹੁੰਦਾ ਕਿ ਨਿਕਲ ਗਈ ਹੁਣ ਹਵਾ, ਸਾਰੀ ਹਵਾ ਨਿਕਲ ਗਈ ਮੋਦੀ ਕੀ। ਸੋ ਇਸ ਤਰ੍ਹਾਂ ਕਰਕੇ ਇਹ ਮੋਦੀ ਨੂੰ ਅੱਜ ਵੀ ਸਮਝਣਾ ਚਾਹੀਦਾ ਹੈ, ਇਹ ਜਿੰਨੇ ਕਿਸਾਨ ਲੋਕ ਹੈ ਇਹਨਾਂ ਦੇ ਜਿਹੜੇ ਕਾਲੇ ਕਾਨੂੰਨ ਹੈ ਵਾਪਸ ਲੈ ਲਵੇ ਇਹ। ਸੋ ਮੈਂ ਇਹੀ ਕਹਿਣਾ ਚਾਹੁੰਦਾ ਹੈ। ਸੋ ਮੋਦੀ ਨੂੰ ਇੱਕ ਹੋਰ ਭਰਮ ਹੋਇਆ ਵਾ, ਇੱਥੇ ਇਹ ਹਿੰਦੂਵਾਦ ਦੀ ਗੱਲ ਕਰੀ ਜਾਂਦਾ ਹੈ, ਇੱਥੇ ਕਰੋੜਾਂ ਸਿੱਖ ਰਹਿੰਦੇ ਹੈ, ਇੱਥੇ ਕਰੋੜਾਂ ਮੁਸਲਮਾਨ ਰਹਿੰਦੇ ਹੈ, ਇੱਥੇ ਭਾਰਤ ਦੇ ਵਿੱਚ ਕਰੋੜਾਂ ਪਾਰਸੀ ਰਹਿੰਦੇ ਹੈ, ਇੱਥੇ ਭਾਰਤ ਦੇ ਵਿੱਚ ਕਰੋੜਾਂ ਜੈਨੀ ਰਹਿੰਦੇ ਹੈ, ਇੱਥੇ ਭਾਰਤ ਦੇ ਵਿੱਚ ਕਰੋੜਾਂ ਬੋਧੀ ਰਹਿੰਦੇ ਹੈ, ਇੱਥੇ ਇਹ ਧਰਤੀ ਸਾਰਿਆਂ ਦੀ ਉਹ ਹੈ, ਇਹ ਮੋਦੀ ਦੇ ਬਾਪ ਦੀ ਨਹੀਂ, ਇੱਥੇ ਕਰੋੜਾਂ ਕ੍ਰਿਸਚੀਅਨ ਰਹਿੰਦੇ ਹੈ, ਇਹ ਮੋਦੀ ਦੇ ਬਾਪ ਦੀ ਧਰਤੀ ਨਹੀਂ ਹੈਗੀ। ਇਹ ਜਿਹੜਾ ਤਖ਼ਤ ਹੈ ਇਹਨੂੰ ਅੱਜ ਵੀ ਲੱਤ ਮਾਰ ਕੇ, ਇਹ ਤਖ਼ਤ ਨੂੰ ਅੱਜ ਵੀ ਛੱਡ ਕੇ ਇਹ ਮੋਦੀ ਰਾਹ ਲੱਗ ਜਾਵੇ, ਇਹ ਅੱਜ ਵੀ ਰੋਹਾ ਲੱਗ। ਮੈਂ ਤਾਂ ਕਹਿੰਦਾ ਇਹਨੂੰ ਇੱਕ 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 ਪੈਸੇ ਦੀ ਅਕਲ ਨਹੀਂ, ਮੈਨੂੰ ਤਾਂ ਇੱਦਾਂ ਲੱਗਦਾ ਹੈ ਮੋਦੀ ਨੂੰ ਇੱਕ ਪੈਸੇ ਦੀ ਅਕਲ ਨਹੀਂ, ਮੈਨੂੰ ਇੱਕ ਧੇਲੇ ਦੀ ਅਕਲ ਨਹੀਂ ਲੱਗਦੀ। ਹੈਂ, ਇਹ ਕਿਹੜੀ ਹਾਲਤ ਕੀਤੀ ਹੋਈ ਹੈ, ਇਹ ਮੋਦੀ ਆਪਣੇ ਪੂਰਵਜਾਂ ਨੂੰ ਦੇਖ ਲਵੇ। ਹੈਂ, ਭਗਵਾਨ ਕ੍ਰਿਸ਼ਨ ਨੇ ਜੰਗਲਾਂ ਦੀ ਰਾਖੀ ਕੀਤੀ, ਭਗਵਾਨ ਕ੍ਰਿਸ਼ਨ ਨੇ ਗਊਆਂ ਮੱਝਾਂ ਖੇਤਾਂ ਦੀ ਰੱਖਿਆ ਕੀਤੀ, ਸਾਡੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਖੇਤੀ ਕਰਦੇ ਰਹੇ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਮੋਦੀ ਹੈ, ਇਹ ਮੋਦੀ ਨੇ ਇਹਨੂੰ ਇੱਕ ਭਰਮ ਹੋ ਗਿਆ, ਇਹਨੇ ਭਰਮ ਪਾਲ ਲਿਆ। ਸੋ ਇਹਦਾ ਭਰਮ ਆ ਤੋੜ ਤਿਆ ਸਾਰਾ, ਇਹਦੀ ਹਵਾ ਨਿਕਲ ਗਈ, ਇਹਦੀ ਫੂਕ ਨਿਕਲ ਗਈ, ਇਹਦਾ ਸਾਰਾ ਭਰਮ ਟੁੱਟ ਗਿਆ। ਜੀ ਬਿਲਕੁਲ, ਜਿਵੇਂ ਇਹਨੇ ਕਿਹਾ ਕਿ ਮੋਦੀ ਨੂੰ ਧੇਲੇ ਦੀ ਵੀ ਅਕਲ ਨਹੀਂ ਹੈ, ਸਰ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸਾਡੇ ਵਰਗੇ ਲੋਕਾਂ ਨੇ ਹੀ ਮੋਦੀ ਨੂੰ ਚੁਣ ਕੇ ਜਿਹੜਾ ਆਪਣਾ ਗਲਤੀ ਕੀਤੀ ਹੈ? ਜਿਹੜਾ ਮੋਦੀ ਨੂੰ ਇਹ ਗਲਤੀ ਤਾਂ ਚਲੋ ਲੋਕਾਂ ਨੇ ਵੋਟਾਂ ਪਾਈਆਂ, ਲੋਕਾਂ ਦਾ ਕਿਆ ਕਸੂਰ ਹੈ ਇਹਦੇ 'ਚ, ਪਰ ਇਹ ਥੋੜ੍ਹਾ ਵੀ ਲੋਕਾਂ ਦੀਆਂ ਵੋਟਾਂ ਲੈ ਕੇ ਅਤੇ ਆਪੇ ਕਾਪੀ ਲੈ ਲਓ ਅਤੇ ਆਪੇ ਪੈੱਨ ਲੈ ਲਓ,
ਉੱਥੇ ਅੰਦਰ ਏਸੀ ਦੇ ਵਿੱਚ ਬੈਠ ਕੇ ਕੁਛ ਵੀ ਲਿਖ ਲਓ, ਇਹ ਹੱਕ ਇਹਨਾਂ ਨੂੰ ਨਹੀਂ ਹੈ। ਇਹ ਲੋਕਾਂ ਦੇ ਪੁੱਛੇ ਪਹਿਲੇ ਵੀ ਅਸੀਂ ਇਹ ਕਾਨੂੰਨ ਬਣਾਉਣ ਲੱਗੇ ਹਾਂ, ਇਹ ਗੱਲ ਪਹਿਲਾਂ ਕਰਨੀ ਸੀ ਇਹਨਾਂ ਨੇ। ਇਹ ਧੋਖੇ ਵਿੱਚ ਲੋਕਾਂ ਨੂੰ ਇਹਨੇ ਕੀਤਾ, ਪਰ ਲੋਕ ਸਾਰੇ ਸਮਝ ਗਏ ਆ ਧੋਖਾ ਇਹਦਾ ਚੱਲਣਾ ਨਹੀਂ ਹੁਣ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਕਿਹਾ ਕਿ ਇੱਥੇ ਠੰਡ ਦਾ ਵੀ ਕਹਿਰ ਹੈ, ਉੱਤੋਂ ਬਾਰਿਸ਼ ਵੀ ਹੋਈ ਹੈ ਅਤੇ ਕੋਵਿਡ-19 ਦਾ ਵੀ ਪੂਰਾ ਕਹਿਰ ਹੈ, ਪਰ ਫਿਰ ਵੀ ਮੋਦੀ ਸਰਕਾਰ ਨੂੰ 1% ਵੀ ਉਹਨਾਂ ਦੇ ਸਿਰ 'ਤੇ ਜੂ ਨਹੀਂ ਸਰਕੀ, ਨਾ ਹੀ ਉਹਨਾਂ ਨੂੰ ਕੋਈ ਸ਼ਰਮ ਹੈ ਕਿ ਕਿੰਨੇ ਲੋਕ ਇਸ ਪ੍ਰਦਰਸ਼ਨ ਦਾ ਹਿੱਸਾ ਬਣ ਚੁੱਕੇ ਨੇ, ਪਰ ਫਿਰ ਵੀ ਉਹ ਇੱਥੇ ਆ ਕੇ ਉਹਨਾਂ ਨੇ ਇੱਕ ਵਾਰ ਵੀ ਇਹਨਾਂ ਨਾਲ ਗੱਲਬਾਤ ਕਰਨਾ ਜ਼ਰੂਰੀ ਨਹੀਂ ਸਮਝਿਆ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਰਕਾਰ ਨੇ ਇੱਕ ਵਾਰ ਵੀ ਆ ਕੇ ਕਿਸਾਨਾਂ ਨਾਲ ਗੱਲ ਨਹੀਂ ਕੀਤੀ, ਕੀ ਉਹਨਾਂ ਦਾ ਕਿਸਾਨਾਂ ਦੇ ਨਾਲ ਡਾਇਰੈਕਟ ਗੱਲਬਾਤ ਕਰਨਾ ਲਾਜ਼ਮੀ ਸੀ, ਜਾਂ ਫਿਰ ਜਦੋਂ ਇਹ ਬਿੱਲ ਪਾਸ ਉਦੋਂ ਸਾਰੇ ਕੈਬਨਿਟ ਮੰਤਰੀ ਸਾਰੇ ਬੈਠੇ ਹੁੰਦੇ ਨੇ, ਉਦੋਂ ਸਭ ਦੀ ਰਜ਼ਾਮੰਦੀ ਨਾਲ ਕੋਈ ਵੀ ਬਿੱਲ ਪਾਸ ਜਿਹੜਾ ਹੁੰਦਾ ਉਦੋਂ ਹੁੰਦਾ ਹੈ, ਅਤੇ ਅੱਜ ਜਿਹੜਾ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ, ਕੀ ਕਿਸੇ ਸਰਕਾਰ ਜਾਂ ਕਿਸੇ ਮਤਲਬ ਕਿ ਜਿਵੇਂ ਆਪ ਜਾਂ ਫਿਰ ਅਕਾਲੀ ਦਲ ਜਾਂ ਬੀਜੇਪੀ ਕਿਸੇ ਲੀਡਰ ਨੇ ਆ ਕੇ ਤੁਹਾਨੂੰ ਇੱਥੇ ਸਪੋਰਟ ਕੀਤਾ? ਮੇਰੀ ਕੁੜੀ ਮੀਡੀਆ ਵਾਲੇ ਦੇ ਬਹੁਤ ਅਸੀਂ ਧੰਨਵਾਦੀ ਹੈ, ਉਮਰ ਵੀ ਮੇਰੀ ਕਾਫੀ ਹੋ ਗਈ, ਅਜੇ ਤੁਸੀਂ ਜੰਮੇ ਵੀ ਨਹੀਂ ਹੋਣੇ। ਇਹਨਾਂ ਨੇ ਉਹ ਟਾਈਮ ਦੇ ਵਿੱਚ ਇਹ ਹੈ ਬੇਈਮਾਨ ਰਾਜੀਵ ਲੌਂਗੋਵਾਲ ਸਮਝੌਤਾ ਇਹਨਾਂ ਨੇ ਕੀਤਾ, ਉਹ ਤਾਂ ਇਹਦੇ ਮੁੱਕਰ ਗਏ। ਹੁਣ ਭਾਵੇਂ ਲਿਖ ਕੇ ਦੇ ਦਵੇ ਇੱਥੇ ਕਿਸਾਨਾਂ ਨੂੰ, ਪਰ ਫਿਰ ਵੀ ਕਿਸਾਨ ਇਹਨਾਂ ਦਾ ਸੱਚ ਨਾ ਮੰਨ ਲਵੇ, ਇਹ ਬੇਈਮਾਨ ਹੈ ਸਿਰੇ ਦੇ। ਉਹ ਪਹਿਲੇ ਪੁਰਾਣੇ ਟਾਈਮ ਦੇ ਵਿੱਚ ਉਹ ਇੱਕ ਬਾਲੀ ਦਾ ਰਾਜਾ ਇੱਦਾਂ ਹੀ ਇਹਦਾ ਕੰਸ ਬਣ ਗਿਆ, ਕੰਸ। ਇਹ ਜਿਹੜਾ ਮੋਦੀ ਹੈ ਨਾ, ਇਹ ਕੰਸ ਹੈ, ਪਰ ਭਗਵਾਨ ਕ੍ਰਿਸ਼ਨ ਨੇ ਕੰਸ ਨੂੰ ਵੀ ਕਹਿ ਦਿੱਤਾ ਸੀ ਵੀ ਕੰਸ ਗੱਲ ਸੁਣ ਲੈ, ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜ਼ਿਕਰ ਹੈ ਕਿ ਅਸੀਂ ਕੰਸ ਮਥਨ ਜਿਨ ਕੀਆ, ਕੰਸ ਨੂੰ ਮਾਰਿਆ ਭਗਵਾਨ ਕ੍ਰਿਸ਼ਨ ਨੇ। ਇੱਧਰ ਕਾਲੀ ਨਾਗ ਤਾਂ ਜਮਨਾ ਵਿੱਚ ਪਾਣੀ ਖਰਾਬ ਕਰਦਾ ਤਾਂ ਜ਼ਹਿਰ ਘੋਲਦਾ ਤਾ, ਉਹਨੂੰ ਵੀ ਕਹਿ ਦਿੱਤਾ ਭਗਵਾਨ ਕ੍ਰਿਸ਼ਨ ਨੇ ਕਿ ਅਸੀਂ ਕੰਸ ਮਥਨ ਜਿਨ ਕੀਆ, ਜੀ ਦਾਨ ਕਾਲੀ ਕੋ ਦੀਆ, ਕਿ ਤੂੰ ਛੱਡ ਜਾ ਇਲਾਕਾ, ਛੱਡ ਜਾ, ਤੇਰੀ ਜਾਨ ਮੈਂ ਬਖਸ਼ ਦਿੰਦਾ ਹੈ। ਪਰ ਉਹ ਕਾਲੀ ਨਾਗ ਵੀ ਛੱਡ ਗਿਆ ਤਾਂ ਇਲਾਕਾ, ਭਗਵਾਨ ਕ੍ਰਿਸ਼ਨ ਨੇ ਉਹਦੇ ਪ੍ਰਾਣ ਬਖਸ਼ ਦਿੱਤੇ। ਇਹ ਮੋਦੀ ਜਾਨ ਬਚਾ ਕੇ ਭੱਜ ਜਵੇ ਆਪਣਾ ਤਖਤ ਨੂੰ ਲੱਤ ਮਾਰ ਕੇ, ਇਹਦੇ 'ਚ ਭਲਾ ਹੈ? ਹਜੇ ਹੁਣ ਵੀ ਹਾਰ ਮੰਨ ਜਵੇ, ਜੋ ਹਾਰ ਜਾਂਦਾ ਹੈ ਉਹਦੀ ਜਿੱਤ ਹੋ ਜਾਂਦੀ ਹੈ, ਜੋ ਹਾਰ ਜਾਂਦਾ ਨਾ ਉਹਦੀ ਜਿੱਤ ਹੋ ਜਾਂਦੀ ਹੈ। ਇਹ ਕਿਸਾਨ ਤਾਂ ਤੈਨੂੰ ਅੱਜੇ ਹੱਥਾਂ 'ਤੇ ਚੱਕ ਕੇ ਭੰਗੜੇ ਪਾਉਣਗੇ, ਇਹ ਤਾਂ ਬੜੇ ਖੁੱਲ੍ਹ ਦਿਲ ਲੋਕ ਹੈ। ਜੀ ਬਿਲਕੁਲ, ਅਸੀਂ ਜਿਵੇਂ ਦੇਖ ਸਕਦੇ ਹਾਂ ਕਿ ਕਿਸਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਜਿਹੜੇ ਜ਼ਹਿਮ ਦੇ ਵਿੱਚ ਗੁੱਸਾ ਹੈ ਇਸ ਕਦਰ ਨਾਲ ਭੱਕ ਚੁੱਕਿਆ ਹੈ ਕਿ ਉਹ ਮੋਦੀ ਨੂੰ ਵੱਡੇ ਵੱਡੇ ਰਾਕਸ਼ਸਾਂ ਦੇ ਨਾਲ ਉਹਨਾਂ ਦੀ ਤੁਲਨਾ ਕਰ ਰਹੇ ਨੇ। ਸੋ ਮੇਰੀ ਵੀ ਮੀਡੀਆ ਥਰੂ ਇਹੀ ਗੁਜ਼ਾਰਿਸ਼ ਹੈ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਨੂੰ ਜਾਂ ਤਾਂ ਰੱਦ ਕਰ ਦੇਣ ਜਾਂ ਤਾਂ ਕਿਸਾਨਾਂ ਦੇ ਹਿੱਤ ਵਿੱਚ ਕੋਈ ਨਵਾਂ ਕਾਨੂੰਨ ਪਾਸ ਕਰਨ। ਹਾਂਜੀ, ਮੋਦੀ ਬਾਰੇ, ਕਿਸਾਨ ਬਾਰੇ, ਠੰਡ ਬਾਰੇ, ਠੀਕ ਹੈ ਨਾ? ਠੰਡ ਕੁਦਰਤ ਦੀ ਮਾਰ ਅਸੀਂ ਝੇਲਾਂਗੇ, ਅਸੀਂ ਉਹਦੇ ਬੱਚੇ ਹਾਂ, ਆਹ ਤੁਹਾਡੇ ਚੱਲਾਂਗੇ। ਜਿਹੜੀ ਉਹ ਕਰੋਨਾ, ਉਹ ਮੋਦੀ ਨੇ, ਮੇਰੇ ਸਾਲਾ ਛੋਟਾ ਮੇਰਾ, ਵੱਡਾ ਸਾਲਾ ਮੇਰਾ, ਉਹਨੇ ਕਰਖੀ ਆ ਮੋਦੀ ਨੇ, ਉਹਦੀ ਅਸੀਂ ਚੱਲਾਂਗੇ, ਹੱਥ ਜੋੜ ਕੇ ਚੱਲਾਂਗੇ ਕੁਦਰਤ ਦੀ ਮਾਰ। ਉਹ ਕਰੋਨਾ ਕਰਦਾ ਕਿੱਥੇ ਆ? ਕਿੰਨੀ ਪਬਲਿਕ ਉਰੇ ਆ, ਕਿਹੜਾ ਮਰਿਆ ਕਰੋਨਾ ਕਰਕੇ? ਕੌਣ ਮਰਿਆ? ਮੇਰੇ ਬਾਪੂ ਮਰੇ, ਮੇਰੇ ਦਾਦਾ ਮਰੇ, ਮੇਰੇ ਭਾਈ ਮਰੇ, ਮੇਰੇ ਬਾਪੂ ਮਰੇ, ਮੇਰੇ ਤਾਈ ਮਰੇ। ਸੋ ਪ੍ਰੋਬਲਮ ਨੇ, ਕੋਈ ਦਿੱਕਤਾਂ ਨੇ ਸਰੀਰ 'ਚ, ਜਿਹੜਾ ਲਿਖਤਾ ਜਾਣਾ ਵੀ ਆ, ਉਹ ਜਾ ਰਿਹਾ ਸੀ, ਜਾਵਾਂਗੇ ਬਾਕੀ ਅਸੀਂ, ਉਹ ਵੀ ਜਾਵਾਂਗੇ, ਜਾਣਾ ਪੈ ਗਿਆ, ਇੱਧਰ ਵੀ ਜਾਵਾਂਗੇ ਅਸੀਂ, ਇੱਧਰ ਵੀ ਜਾਵਾਂਗੇ। ਮੇਰੀ ਉਮਰ 30 ਸਾਲ ਹੈ, ਪਰਮਾਤਮਾ ਲਿਖਿਆ 50 ਸਾਲ ਹੈ, ਅੱਜ ਜਾਣੂ ਤਿਆਰ ਹਾਂ ਮੈਂ, ਜਾਵਾਂਗੇ ਅਸੀਂ। ਜਿਵੇਂ ਇਹਨਾਂ ਦਾ ਕਹਿਣਾ ਹੈ ਕਿ
ਜੀ ਬਿਲਕੁਲ। ਚਲੋ ਜੇਕਰ ਕੋਰੋਨਾ ਹੈ ਵੀ ਹੈ ਤੇ ਉਸਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਸੋਲੂਸ਼ਨ ਹੈ, ਉਸਦੀ ਵੈਕਸੀਨ ਤਿਆਰ ਹੋ ਚੁੱਕੀ ਹੈ ਤੇ ਜਲਦੀ ਤੋਂ ਜਲਦੀ ਲੋਕਾਂ ਦੇ ਵਿੱਚ ਆ ਜਾਏਗੀ। ਬਟ ਜੇਕਰ ਇਹ ਜੇਕਰ ਕਿਸਾਨਾਂ ਦੇ ਹੱਕ ਖੋਲੇ ਤਾਂ ਉਸਦਾ ਕੋਈ ਵੀ ਹੱਲ ਨਹੀਂ ਹੈ। ਸੋ ਅਸੀਂ ਡਿਸਟ੍ਰਿਕਟ ਕਪੂਰਥਲੇ ਤੋਂ ਆਏ ਹਾਂ, ਪਿੰਡ ਸਾਡਾ ਨਿਜ਼ਾਮਪੁਰ। ਅਸੀਂ ਮੀਡੀਆ ਦੇ ਬਹੁਤ ਧੰਨਵਾਦੀ ਹਾਂ ਕਿ ਜਿਹੜਾ ਇਹ ਵਰਲਡ ਵਿੱਚ ਪਹੁੰਚਾਉਣ ਡੇ ਆ ਇਹ ਖਬਰ, ਬਹੁਤ ਹੀ ਘਟੀਆ। ਇਸ ਮੋਦੀ ਨੇ ਸਾਡੇ ਨਾਲ ਲੋਕਾਂ ਦੇ ਨਾਲ ਸਾਰਾ ਵਰਤਾਰਾ ਮਾੜਾ ਕੀਤਾ। ਇੱਦਾਂ ਨੂੰ ਕਰਨਾ ਨਹੀਂ ਚਾਹੀਦਾ। ਰਾਜੇ ਤਾਂ ਪਰਜਾ ਨੂੰ ਸੰਭਾਲਦੇ ਹੁੰਦੇ ਆ, ਪਰ ਇਹਨਾਂ ਨੇ ਪਰਜਾ ਦਾ ਗਲ ਘੁੱਟਿਆ। ਇਸ ਕਰਕੇ ਸਾਰੇ ਲੋਕ ਇਕੱਠੇ ਹੋਏ ਆ। ਮੈਂ ਕਿ ਕਵਿਤਾ ਲੱਗਾ, ਦੋ ਕੁ ਲੈਣਾ ਬੋਲਣੀ ਹੈ। ਮੋਦੀ ਨੂੰ ਮੈਂ ਲਾਹਨਤ ਪਾਉਣੀ ਹੈ ਕਿ ਤੂੰ ਸਾਡੇ ਵਾਸਤੇ ਗਲਤ ਕੀਤਾ ਹੈ। ਵਿੱਚ ਕਚਹਿਰੀ ਵਿੱਚ ਬਾਜ਼ਾਰੀ ਇਹੋ ਲੱਗਣਗੇ ਨਾਰੇ, ਧੱਕਾ ਨਹੀਂ ਚੱਲਣਾ ਨੀ ਮੋਦੀ ਸਰਕਾਰੇ, ਧੱਕਾ ਨਹੀਂ ਚੱਲਣਾ ਨੀ ਮੋਦੀ ਸਰਕਾਰੇ, ਧੱਕਾ ਨਹੀਂ ਚੱਲਣਾ। ਸੱਤਰ ਸਾਲ ਤੇ ਹੋ ਗਏ ਤੈਨੂੰ ਕੀ ਦੁਨੀਆ ਦਾ ਕੀਤਾ ਨੀ, ਕਿਉਂ ਕਿਸਾਨਾਂ ਲੋਕਾਂ ਦਾ ਤੂੰ ਐਵੇਂ ਹੀ ਲਓ ਪਿਤਾਈ, ਕਿਉਂ ਕਿਸਾਨਾਂ ਲੋਕਾਂ ਦਾ ਤੂੰ ਐਵੇਂ ਹੀ ਲਓ ਪਿਤਾਈ। ਵਿੱਚ ਕਚਹਿਰੀ ਵਿੱਚ ਬਾਜ਼ਾਰੀ ਇਹੋ ਲੱਗਣਗੇ ਨਾਰੇ, ਨੀ ਧੱਕਾ ਨਹੀਂ ਚੱਲਣਾ ਨੀ ਮੋਦੀ ਸਰਕਾਰੇ, ਧੱਕਾ ਨਹੀਂ ਚੱਲਣਾ। ਬੋਲੋ ਸੋਨਿਆ ਜੀ। ਬਿਲਕੁਲ, ਜਿਵੇਂ ਕਿਸਾਨਾਂ ਦਾ ਕਹਿਣਾ ਹੈ ਕਿ ਧੱਕਾ ਨਹੀਂ ਚੱਲਣਾ, ਸੋ ਅਸੀਂ ਵੀ ਕਿਸਾਨਾਂ ਦੇ ਹੱਕ ਵਿੱਚ ਖੜੇ ਹਾਂ। ਧੱਕਾ ਪੰਜਾਬ ਕਿਆ ਪੂਰੇ ਇੰਡੀਆ ਦੇ ਵਿੱਚ ਨਹੀਂ ਚੱਲੇਗਾ। ਸਰਕਾਰ ਨੂੰ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਬਿੱਲ ਹੈ ਜਾਂ ਉਹ ਰੱਦ ਕਰੇ ਜਾਂ ਕਿਸਾਨਾਂ ਦੇ ਹਿੱਤ ਵਿੱਚ ਕੁਛ ਨਾ ਕੁਛ ਸ਼ੋਧ ਕਰੇ। ਥੈਂਕ ਯੂ।